ਜਸਟਿਸ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕਰਤਾਰਪੁਰ ਲਾਂਘਾ ਜਦੋਂ ਖੁੱਲ੍ਹਣਾ ਸੀ ਅਤੇ ਜਦੋਂ ਖੁੱਲ੍ਹ ਗਿਆ ਉਸ ਮੌਕੇ ਬਹੁਤ ਚਰਚਾਵਾਂ ਹੋਈਆਂ, ਸਿਆਸਤ ਵੀ ਖੂਬ ਹੋਈ, ਪਰ ਇਹ ਸਿਆਸਤ ਦੇ ਵਿਚਾਲੇ ਹਮੇਸ਼ਾ ਆਸਥਾ ਦਾ ਇੱਕ ਰਾਹ ਲੱਭਿਆ ਗਿਆ। ਉਹ ਰਾਹ ਲੱਭਿਆ ਗਿਆ ਅਤੇ ਰਾਹ ਜਿਹੜਾ ਉਹ ਲੰਘ ਅਤੇ ਤੁਰਨ ਵਾਲਾ ਲੱਭਿਆ ਗਿਆ ਕਿ ਲੰਘ ਅਤੇ ਹੀ ਤੁਰ ਕੇ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰੀਏ, ਭਾਈਚਾਰਕ ਸਾਂਝ ਨੂੰ ਅੱਗੇ ਵਧਾਈਏ, ਦੋਹਾਂ ਮੁਲਕਾਂ ਦੇ ਵਿੱਚ ਸ਼ਾਂਤੀ ਹੋਵੇ ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਤੇ ਅਸੀਂ ਅੱਗੇ ਤੁਰੀਏ। ਇਹ ਸਭ ਕੁਝ ਹੋਇਆ। ਉਸ ਤੋਂ ਬਾਅਦ ਕਰਤਾਰਪੁਰ ਲਾਂਘੇ ਦੇ 100 ਦਿਨ ਪੂਰੇ ਹੋ ਗਏ। 100 ਦਿਨ ਬਾਅਦ ਵੀ ਸਾਡਾ ਮੀਡੀਆ ਭਾਈਚਾਰਾ ਜਾਂ ਹੋਰ ਸਿਆਸਤਦਾਨ ਉਹ ਸਭ ਇਸ ਮੁੱਦੇ ਨੂੰ ਭੁੱਲ ਗਏ। ਪਤਾ ਨਹੀਂ ਕਿਉਂ ਭੁੱਲੇ, ਪਤਾ ਨਹੀਂ ਉਦੋਂ ਮੀਡੀਆ ਨੇ ਇਸ ਨੂੰ ਜ਼ਿਆਦਾ ਹਾਈਪ ਦੇ ਦਿੱਤੀ ਜਾਂ ਸਿਆਸਤਦਾਨਾਂ ਨੇ ਇਸ ਮੁੱਦੇ ਨੂੰ ਜ਼ਿਆਦਾ ਵਧਾ ਚੜ੍ਹਾ ਕੇ ਪੇਸ਼ ਕੀਤਾ। ਇਹ ਸਾਰੇ ਸਵਾਲ ਸਾਡੇ ਸਾਹਮਣੇ ਹੈਗੇ ਆ। ਪਰ ਕਰਤਾਰਪੁਰ ਲਾਂਘੇ ਦਾ ਜਿਹੜਾ ਮਕਸਦ ਸੀਗਾ ਉਹ ਕਿੰਨਾ ਪੂਰਾ ਹੋਇਆ, ਇਸ ਕਰਕੇ ਅਸੀਂ ਸਵਾਲ ਪੁੱਛ ਰਹੇ ਹਾਂ। ਕਰਤਾਰਪੁਰ ਲਾਂਘੇ ਦੇ 100 ਦਿਨ ਕੌਣ ਕਿੰਨਾ ਤੁਰਿਆ? ਲਾਂਘੇ ਦੇ 100 ਦਿਨ ਅੱਜ ਚਰਚਾ ਕਿਉਂ ਕਰ ਰਹੇ ਤੁਹਾਨੂੰ ਦੱਸੀਏ, ਟੂ ਦਾ ਪੁਆਇੰਟ ਵਿੱਚ, ਪੁਆਇੰਟ ਟੂ ਪੁਆਇੰਟ ਫਟਾਫਟ। ਕਰਤਾਰਪੁਰ ਲਾਂਘੇ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਵੀ ਚਰਚਾ ਬਾਕੀ ਹੈਗੀ, ਕੀ ਚਰਚਾ ਬਾਕੀ ਹੈਗੀ ਆ ਉਹ ਸਾਰੀ ਚਰਚਾ ਕਰਾਂਗੇ ਇਸ ਡਿਬੇਟ ਦੇ ਵਿੱਚ। ਲਾਂਘੇ ਜ਼ਰੀਏ ਰੋਜ਼ਾਨਾ 5000 ਸ਼ਰਧਾਲੂਆਂ ਦਾ ਅੰਕੜਾ ਅਜੇ ਵੀ ਅਧੂਰਾ ਹੈ। ਪਾਸਪੋਰਟ ਅਤੇ ਸਰਵਿਸ ਫੀਸ ਦੀ ਸ਼ਰਤ ਵਾਪਸ ਲੈਣ ਦੀ ਮੰਗ ਬਰਕਰਾਰ ਹੈ। ਕੈਬਨਿਟ ਮੰਤਰੀ ਰੰਧਾਵਾ ਨੇ ਦਾਅਵਾ ਕੀਤਾ ਕਿ ਜਲਦ ਹੀ PM ਅੱਗੇ ਪਾਸਪੋਰਟ ਵਾਲਾ ਮੁੱਦਾ ਚੁੱਕਾਂਗੇ। UN ਦੇ ਜਨਰਲ ਸਕੱਤਰ ਐਂਟੋਨੀਓ ਗੁਤਰੇਸ ਨੇ ਵੀ ਮੱਥਾ ਟੇਕਿਆ। ਗੁਤਰੇਸ ਨੇ ਕਿਹਾ ਭਾਈਚਾਰਕ ਸਾਂਝ ਦੇ ਲਈ ਇਹ ਸਵਾਗਤਯੋਗ ਸਥਾਨ ਹੈ, UN ਵੱਲੋਂ ਬਿਆਨ ਹੈ, ਇਸ ਨੂੰ ਧਿਆਨ ਰੱਖਣਾ ਚਾਹੀਦਾ ਸਨ। 9 ਨਵੰਬਰ ਨੂੰ ਭਾਰਤ ਪਾਸਿਓਂ PM ਨਰਿੰਦਰ ਮੋਦੀ ਨੇ ਲਾਂਘੇ ਦਾ ਉਦਘਾਟਨ ਕੀਤਾ ਸੀ, ਸਾਰਿਆਂ ਨੇ ਮੁਬਾਰਕਾਂ ਦਿੱਤੀਆਂ। 9 ਨਵੰਬਰ ਨੂੰ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਲਾਂਘੇ ਦੇ ਉਦਘਾਟਨ ਦੀਆਂ ਰਸਮਾਂ ਨਿਭਾਈਆਂ। ਇਸ ਸਾਰੇ ਮੁੱਦੇ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਹੜਾ ਡੇਰਾ ਬਾਬਾ ਨਾਨਕ ਅਤੇ ਉੱਥੋਂ ਦੇ ਵਿਧਾਇਕ ਵੀ ਹੈ, ਅਤੇ ਉਹ ਕੀ ਕਹਿ ਰਹੇ ਹੈ ਕਿਆ, ਪਹਿਲਾਂ ਸੁਣ ਲਈਏ। ਪੰਜਾਬ ਦੇ ਖਾਸ ਕਰਕੇ ਗੁਰੂ ਨਾਨਕ ਨਾਮ ਲੈਵਾਂ ਨੇ, ਮੈਂ ਕਹੂੰਗਾ ਸਿੱਖ ਜਿਹੜੇ ਸਵੇਰੇ ਉੱਠ ਕੇ ਅਰਦਾਸ ਕਰਦੇ ਨੇ ਕਿ ਅਸੀਂ ਗੁਰੂ ਨਾਨਕ ਜਿਹੜੇ ਗੁਰਦੁਆਰੇ ਉੱਧਰ ਰਹਿ ਗਏ ਨੇ ਉਹਨਾਂ ਦੇ ਸਾਨੂੰ ਖੁੱਲ੍ਹੇ ਦਰਸ਼ਨ ਦੇਦਾਰ ਹੋਣ, ਅਤੇ ਇਹਨਾਂ ਕੁਝ ਹੋਣ ਦੇ ਬਾਵਜੂਦ ਇੰਨੀ ਘੱਟ ਤਾਦਾਦ 'ਚ ਜਾਣਾ, ਮੇਰੇ ਖਿਆਲ ਕਿ ਸਾਡੇ 'ਚ ਵੀ ਕੋਈ ਕਮੀ ਹੈਗੀ ਹੈ। ਸਿੱਖੀ 'ਚ ਜਿਹੜੇ ਅਸੀਂ ਸਿੱਖ ਹਾਂ, ਸਾਡੇ 'ਚ ਵੀ ਕਮੀ ਆਈ ਕਿ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰ ਲਈ। ਜਿਹੜਾ ਆਖਰੀ ਉਹਨਾਂ ਦਾ ਅਸਥਾਨ ਸੀਗਾ, ਜਿਹੜਾ ਅੰਤਮ ਸਮਾਂ ਉੱਥੇ ਰਹੇ ਨੇ, ਜਿੱਥੇ ਉਹਨਾਂ ਨੇ ਪੂਰੀ ਦੁਨੀਆ ਨੂੰ ਸਾਰੀਆਂ ਜਦੋਂ ਉਦਾਸੀਆਂ ਕਰਕੇ ਆ ਗਏ ਨੇ, ਅਤੇ ਉੱਥੇ 18 ਸਾਲ ਰਹਿ ਕੇ ਆਪਣੀ ਜ਼ਿੰਦਗੀ ਦਾ ਨਿਚੋੜ ਉਹਨਾਂ ਨੇ ਗੁਰਬਾਣੀ ਦੇ ਵਿੱਚ ਲਿਖਿਆ, ਅਤੇ ਅਸੀਂ ਵੀ ਉੱਥੇ ਜਾਣ ਤੋਂ ਪਤਾ ਨਹੀਂ ਕਿਉਂ ਡਰਦੇ ਹਾਂ। ਜਿਹੜਾ ਅਸੀਂ ਇਹ ਕਹਿੰਦੇ ਹਾਂ ਕਿ ਪਾਸਪੋਰਟ, ਯਾਰ ਗੁਰੂ ਨੇ ਤਾਂ ਸਾਡੇ ਕੋਲ ਆਪਣਾ ਸਭ ਕੁਝ ਵਾਰ ਦਿੱਤਾ, ਅਤੇ ਅਸੀਂ ਇੱਕ ਪਾਸਪੋਰਟ ਨਹੀਂ ਦੇ ਸਕਦੇ, ਅਤੇ ਅਸੀਂ ਇੱਕ ਪਾਸਪੋਰਟ ਨਹੀਂ ਵਾਰ ਸਕਦੇ। ਨਹੀਂ ਕੋਈ ਬਾਹਰਲੀ ਕੰਟਰੀ ਲੈ ਕੇ ਜਾਂਦੀ ਜਿੱਥੇ ਇੰਨੇ ਸਾਲ ਨਹੀਂ ਗਏ, ਅਤੇ ਉਹ ਹੁਣੇ ਭੁੱਖੇ ਮਰ ਜਾਂਗੇ। ਇਸ ਕਰਕੇ ਇਹ ਦਿਮਾਗ 'ਚੋਂ ਗੱਲ ਨਿਕਲਣੀ ਚਾਹੀਦੀ। ਜੋ ਅਕਾਲੀ ਦਲ ਨੇ ਪਖੰਡ ਕੀਤਾ, ਉਸ ਟਾਈਮ ਦੇ ਉੱਤੇ ਪ੍ਰਚਾਰ ਕੀਤਾ ਕਿ ਸਰਕਾਰ ਨਹੀਂ ਕਰੇਗੀ, ਸ਼੍ਰੋਮਣੀ ਕਮੇਟੀ ਕਰੇਗੀ ਫੰਕਸ਼ਨ। ਅੱਜ ਮੈਂ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਕਿ ਉਸ ਦਿਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਕਿਸੇ ਲੀਡਰ ਨੇ ਉੱਧਰ ਮੂੰਹ ਨਹੀਂ ਕੀਤਾ, ਇਹਨਾਂ ਨੂੰ ਵੀ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਕਰਨਾ ਚਾਹੀਦਾ, ਔਰ ਹਰ ਗੁਰਦੁਆਰੇ ਦੇ ਵਿੱਚ ਇੱਕ ਸੈਂਟਰ ਬਣਾਉਣਾ ਚਾਹੀਦਾ ਜਿਹੜੇ ਸੰਗਤਾਂ ਨੂੰ ਪਰਫਾਰਮਾਂ ਭਰਨ। ਡੇਰਾ ਬਾਬਾ ਨਾਨਕ ਨੂੰ ਜੇ ਤਾਂ 5000 ਸੰਗਤ ਆਉਂਦੀ ਰੋਜ਼ ਦੀ, ਫਿਰ ਤਾਂ ਬਹੁਤ ਪੈਣਾ ਸੀ। ਹੁਣ 200 ਬੰਦਾ ਆਉਂਦਾ, ਅਤੇ ਉਹ ਵੀ ਬਾਹਰੇ ਬਾਹਰੇ ਚਲਾ ਜਾਂਦਾ ਸ਼ਹਿਰ ਦੇ ਅੰਦਰ, ਜਿਹੜਾ 5000 ਜੇ ਸੰਗਤ ਜਾਏਗੀ ਉਹਦੇ ਨਾਲ 3-4 ਆਦਮੀ ਉਹਨਾਂ ਨੂੰ ਛੱਡਣ ਵੀ ਆਉਣਾ ਸੀ। ਉਹਨਾਂ ਨੇ ਕਿਤੇ ਆਪਣਾ ਟਾਈਮ ਪਾਸ ਕਰਨਾ ਸੀ, ਉਹਨਾਂ ਸ਼ਹਿਰ ਦੇ ਵਿੱਚ ਜਾਣਾ ਸੀ, ਸਾਡੀ ਸ਼ਹਿਰ ਦੀ ਰੌਣਕ ਵਧਣੀ ਸੀ, ਉੱਥੇ ਦੁਕਾਨਦਾਰਾਂ ਦਾ ਵਧਣਾ ਸੀ। ਪਰ ਉਹ ਜਦੋਂ 200-250 ਬੰਦਾ ਹੁੰਦਾ, ਉੱਥੇ ਗੱਡੀਆਂ ਖੜੀਆਂ ਕਰਕੇ ਉੱਥੋਂ ਅੱਗੇ ਚਲੇ ਜਾਂਦੇ। BJP ਗਵਰਨਮੈਂਟ ਦੇ ਉਹਨਾਂ ਨੂੰ ਚਾਹੀਦਾ ਕਿ ਜਿਹੜੀ ਪਾਸਪੋਰਟ ਦੀ ਸ਼ਰਤ ਹੈ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ। ਇਹ ਕੋਰੀਡੋਰ ਆ, ਇਹ ਤਾਂ ਉੱਥੇ ਦੋ, ਤੁਸੀਂ ਆਪਣੀ ਆਈਡੈਂਟੀਫਿਕੇਸ਼ਨ ਦਿਓ, ਉਹ ਅੱਗੋਂ ਲੋਕ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਆ ਜਾਣ। ਇਹ ਨਾ ਉੱਥੇ ਰਾਤ ਰਹਿਣਾ, ਨਾ ਕੋਈ ਉੱਥੇ ਕਰਨੀ, ਨਾ ਉਹਨਾਂ ਨੇ ਬਾਹਰ ਨਿਕਲ ਜਾਣਾ। ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਕਰਨੀਆਂ ਪੈਣਗੀਆਂ। ਔਰ ਕੈਪਟਨ ਸਾਹਿਬ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਟਾਈਮ ਲਓ, ਅਸੀਂ ਸਾਰੇ ਚੱਲੀਏ, ਉਹਨਾਂ ਨੂੰ ਬੇਨਤੀ ਕਰੀਏ ਕਿ ਜਿਹੜੀ ਪਾਸਪੋਰਟ ਦੀ ਸ਼ਰਤ ਨੂੰ ਵਾਪਸ ਲਿਆ। ਸਵਾਲ ਇੱਕ ਪੁੱਛਿਆ ਜਾਵੇਗਾ ਇਸ ਚਰਚਾ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਭਾਰਤ ਪਾਕਿਸਤਾਨ ਦੇ ਸੰਬੰਧਾਂ ਦੀ ਕੌਮਾਂਤਰੀ ਤਸਵੀਰ ਕਿੰਨੇ ਬਦਲੀ? ਇਸ ਸਵਾਲ 'ਤੇ ਅਸੀਂ ਚਰਚਾ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਸਿੱਖ ਬੁੱਧੀਜੀਵੀ ਨੇ, ਅਕਸਰ ਕਰਤਾਰਪੁਰ ਲਾਂਘੇ 'ਤੇ ਜਦੋਂ ਵੀ ਕੋਈ ਅਸੀਂ ਚਰਚਾ ਕੀਤੀ ਉਸ ਡਿਬੇਟ ਦਾ ਇਹ ਹਿੱਸਾ ਬਣੇ ਆ, ਇਸ ਕਰਕੇ ਅੱਜ ਵੀ ਇਹਨਾਂ ਨੂੰ ਅਸੀਂ ਸੱਦਿਆ ਹੈਗਾ ਕਿ ਆਸਥਾ ਅਤੇ ਸਿਆਸਤ ਦੇ ਵਿਚਾਲੇ ਜਿਹੜੀ ਆਪਸੀ ਸੰਬੰਧਾਂ ਦੀ ਤਸਵੀਰ ਸੀ ਉਹ ਬਦਲੀ ਹੈ ਜਾਂ ਨਹੀਂ, ਉਸ ਲਈ ਅਸੀਂ ਕਿੰਨਾ ਅੱਗੇ ਵਧਦੇ ਹਾਂ, ਡਾਕਟਰ ਢਿੱਲੋਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਢਿੱਲੋਂ, ਤੁਹਾਡਾ ਬਹੁਤ ਸਵਾਗਤ ਹੈ। ਗੁਰਮਨੀਤ ਸਿੰਘ ਮਾਂਗੜ, ਕਾਂਗਰਸ ਦੇ ਬੁਲਾ ਰਹੇ ਆ, ਮਾਂਗੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਜੀਤ ਸਿੰਘ ਕਲੇਰ, ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ, ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਮਰਿੰਦਰ ਸਿੰਘ, ਇਹਨਾਂ ਨੂੰ ਇਸ ਕਰਕੇ ਸੱਦਿਆ ਕਿਉਂਕਿ ਇਹ ਸਾਬਕਾ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ
ਦੇ ਲਈ ਕਿੰਨਾ ਯੋਗਦਾਨ ਪਾਇਆ, ਕਿੰਨਾ ਉਹ ਅੱਗੇ ਤੁਰੀ ਅਤੇ ਜਾਂ ਹੋਰ ਆ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੂੰ ਕਿੰਨਾ ਨਾਲ ਤੋਰ ਸਕੀ, ਇਸ ਕਰਕੇ ਅਮਰਿੰਦਰ ਸਿੰਘ ਨੂੰ ਸੱਦਿਆ। ਅਮਰਿੰਦਰ ਸਿੰਘ ਤੁਹਾਡਾ ਵੀ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਕਲੇਅਰ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਕਲੇਅਰ ਸਾਹਿਬ, ਮੈਂ ਸਿਆਸੀ ਸਵਾਲ ਤੋਂ ਸ਼ੁਰੂ ਕਰੂੰਗਾ, ਉਸ ਤੋਂ ਬਾਅਦ ਅਸੀਂ ਬਾਕੀ ਹਿੱਸੇ 'ਤੇ ਆਵਾਂਗੇ। ਤੁਹਾਡੇ 'ਤੇ ਇਲਜ਼ਾਮ ਇਹ ਲਾਇਆ ਜਾ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਿ ਤੁਸੀਂ ਪਹਿਲਾਂ ਬਹੁਤ ਕੁਛ ਕਹਿੰਦੇ ਸੀਗੇ, ਨਾ ਸ਼੍ਰੋਮਣੀ ਕਮੇਟੀ ਦਾ ਨਾ ਅਕਾਲੀ ਦਲ ਦਾ ਕੋਈ ਨੁਮਾਇੰਦਾ ਉੱਥੇ ਨੇੜੇ ਤੇੜੇ ਵੀ ਨਹੀਂ ਦੇਖਿਆ, ਇਹਦਾ ਮਤਲਬ ਕੀ ਹੈ? ਨਹੀਂ, ਪਹਿਲੀ ਗੱਲ ਤਾਂ ਮੈਂ ਫਿਰ ਦੁਬਾਰਾ ਕਹਾਂ ਕਿ ਬੜੀ ਹੀ ਮੰਦਭਾਗੀ ਗੱਲ ਹੈ ਕਿ ਜਿੱਥੇ ਪੰਜਾਬ ਸਰਕਾਰ ਅੱਜ ਵੀ 3 ਸਾਲ ਤੋਂ ਬਾਅਦ ਹਰ ਚੀਜ਼ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸੁੱਟ ਰਹੀ ਹੈ, ਔਰ ਇਸ ਪਵਿੱਤਰ ਸਥਾਨ ਨੂੰ ਲੈ ਕੇ ਵੀ ਜਿਹੜਾ ਬਿਆਨਬਾਜ਼ੀ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਕਰ ਰਹੇ, ਇਹ ਵੀ ਬੜੀ ਗਲਤ ਹੈ। ਕਿਤੇ ਨਾ ਕਿਤੇ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹ ਸਿੱਖਾਂ ਲਈ ਬਹੁਤ ਬਹੁਤ ਇੱਕ ਸ਼ਲਾਘਾਯੋਗ ਫੈਸਲਾ ਸੀ ਦੋਨੇ ਮੁਲਕਾਂ ਦੀ ਸਰਕਾਰਾਂ ਦਾ। ਮੈਂ ਥੋੜਾ ਕਰੈਕਟ ਕਰਦਾ ਕਲੇਰ ਸਾਹਿਬ, ਕੱਲਾ ਸਿੱਖਾਂ ਲਈ ਨਹੀਂ, ਮੈਨੂੰ ਗੁਰੂ ਨਾਨਕ ਨਾਮ ਲੇਵਾ, ਮੈਂ ਆਪਣੇ ਆਪ ਨੂੰ ਆਪ ਕਰੈਕਟ ਕਰਦਾ, ਨਾਨਕ ਨਾਮ ਲੇਵਾ ਲਈ ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਔਰ ਇਹਦੇ 'ਚ ਕੋਈ ਐਸੀ ਗੱਲ ਨਹੀਂ ਕਿ ਕੌਣ ਉੱਥੇ ਗਿਆ, ਜੇ ਸਾਰੇ ਉੱਥੇ ਇੱਕ ਇੱਕ ਵਾਰੀ ਗਏ ਨੇ ਔਰ ਅੱਗੇ ਵੀ ਜਾਂਦੇ ਰਹੇ। ਕੋਰੀਡੋਰ ਕੋਈ ਲਿਮਿਟਿਡ ਸਮੇਂ ਲਈ ਨਹੀਂ ਖੁੱਲਿਆ ਹੈਗਾ, ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕੋਰੀਡੋਰ ਕੋਈ ਲਿਮਿਟਿਡ ਸਮੇਂ ਲਈ ਨਹੀਂ ਹੈਗਾ, ਸਮੇਂ ਸਮੇਂ ਸਿਰ ਸਭ ਉੱਥੇ ਜਾਂਦੇ ਰਹਿਣਗੇ ਔਰ ਇਹਦੀ ਇੱਕ ਆਪਣੀ ਇੰਪੋਰਟੈਂਸ ਹੈ। ਅਗਰ UN ਦੇ ਨੁਮਾਇੰਦੇ ਉੱਥੇ ਆ ਕੇ ਮੱਥਾ ਟੇਕ ਰਹੇ ਤਾਂ ਇੱਥੋਂ ਇਹਦੀ ਇੰਪੋਰਟੈਂਸ ਪਤਾ ਲੱਗਦੀ ਹੈ। ਸੋ ਮੈਨੂੰ ਕਿਤੇ ਨਾ ਕਿਤੇ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਜੋ ਟਿੱਪਣੀਆਂ ਕਰ ਰਹੇ ਨੇ ਔਰ ਪਾਸਪੋਰਟ ਦੀ ਜਿਹੜੀ ਐਡੀ ਵੱਡੀ ਗੱਲ ਕਰ ਰਹੇ, ਮੈਨੂੰ ਨਹੀਂ ਲੱਗਦਾ ਜਿੱਥੇ ਤੱਕ ਮੇਰੀ ਸਮਝ ਕੰਮ ਕਰਦੀ ਹੈ ਕਿ ਪਾਸਪੋਰਟ ਦੇ ਉੱਤੇ ਕੋਈ ਸਟੈਂਪ ਵੀ ਲੱਗਦੀ ਹੈ ਉੱਥੇ। ਸੋ ਕਿਤੇ ਨਾ ਕਿਤੇ ਜਿਹੜੀ ਗੁੰਮਰਾਹਕਨ ਬਿਆਨਬਾਜ਼ੀ ਆਪ ਕਰ ਰਹੇ ਨੇ। ਉਹਨਾਂ ਦਾ ਸਵਾਲ ਇਹ ਸੀਗਾ ਕਿ ਪਾਸਪੋਰਟ ਹੈ ਗੈਰ ਜ਼ਰੂਰੀ ਹੋਣਾ ਚਾਹੀਦਾ, ਜ਼ਰੂਰੀ ਨਹੀਂ ਹੋਣਾ ਚਾਹੀਦਾ ਗਾ। KP ਜੀ ਬਿਲਕੁਲ, ਅਸੀਂ ਉਹ ਡਿਮਾਂਡ ਕਰਦੇ ਪਏ ਕਿ ਪ੍ਰਧਾਨ ਮੰਤਰੀ ਸਾਹਿਬ ਕੋਲ ਅਸੀਂ ਵਕਤ ਮੰਗ ਰਹੇ, ਅਸੀਂ ਜਾਣਾ ਹੈ, ਤੁਸੀਂ ਵੀ ਇਹ ਡਿਮਾਂਡ ਕਰ ਲਓ ਨਾ ਜੇ ਤੁਹਾਨੂੰ ਵੀ ਲੱਗਦਾ ਇਸ ਮੁੱਦੇ ਤੇ ਆਪਾਂ ਇਕੱਠੇ ਖੜੇ ਹੋ ਸਕਦੇ ਕਿ ਨਹੀਂ ਹੋ ਸਕਦੇ। ਜੀ, ਗੁਰੂ ਦੇ ਨਾਮ ਤੇ ਜਾਂ ਐਸੀ ਪਾਕ ਪਵਿੱਤਰ ਸਥਾਨ ਦੇ ਨਾਮ ਤੇ ਸਭ ਨੂੰ ਇਕੱਠੇ ਖੜੇ ਹੋਣਾ ਚਾਹੀਦਾ, ਮੈਂ ਮੰਨਦਾ। ਪਰ ਗੁੰਮਰਾਹ ਕੁਨ ਪ੍ਰਚਾਰ ਵੀ ਨਹੀਂ ਕਰਨਾ ਚਾਹੀਦਾ ਕਿ ਵਾਰ ਦਈਏ, ਕਿਉਂ ਪਾਸਪੋਰਟ ਵਾਰ ਦਈਏ? ਤੁਸੀਂ ਇਹੋ ਜਿਹਾ ਮੈਸੇਜ ਲੋਕਾਂ ਨੂੰ ਕਿਉਂ ਦੇ ਰਹੇ ਹੋ ਕਿ ਉੱਥੇ ਕੁਛ ਐਸਾ ਗਲਤ ਹੋ ਜਾਣਾ ਪਾਸਪੋਰਟ ਦੇ ਉੱਤੇ? ਇੱਕ ਮੰਤਰੀ ਲੈਵਲ ਦੇ ਬੰਦੇ ਨੂੰ ਜਿਹੜਾ ਸੰਵਿਧਾਨਕ ਅਹੁਦੇ ਤੇ ਬੈਠਾ ਹੋਵੇ ਉਹਨੂੰ ਐਸੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ। ਹਾਂ ਮਿਸਟਰ ਮੰਗਟ, ਸੁਖਜਿੰਦਰ ਰੰਧਾਵਾ ਨੂੰ ਇਹੋ ਜਿਹੀ ਬਿਆਨਬਾਜ਼ੀ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਜੋ ਅਕਾਲੀ ਦਲ ਇਲਜ਼ਾਮ? ਨਹੀਂ ਨਹੀਂ KP ਜੀ, ਦੇਖੋ ਅਕਾਲੀ ਦਲ ਤਾਂ ਉਹੀ ਇਲਜ਼ਾਮ ਲਾਈ ਜਾਂਦਾ ਹੈ, ਤੁਸੀਂ ਹੁਣੀ ਉਹਨਾਂ ਦੀ ਪੂਰੀ ਸਟੇਟਮੈਂਟ ਪੁਆਇੰਟਸ ਦੇ ਵਿੱਚ ਕੀਤੀ ਹੈ। ਉਹਨਾਂ ਨੇ ਇਹ ਕਿਹਾ ਵੀ ਜੇ ਤੁਹਾਡੇ ਮਨ 'ਚ ਵਹਿਮ ਹੈ ਵੀ ਉੱਥੇ ਪਾਕਿਸਤਾਨ ਦਾ ਵੀਜ਼ਾ ਲੱਗ ਕੇ ਕਿਸੇ ਹੋਰ ਮੁਲਕ ਨੇ ਮਤਲਬ ਤੁਹਾਨੂੰ ਨਹੀਂ ਵੀਜ਼ਾ ਦੇਣਾ, ਅਤੇ ਜੇ ਇੱਦਾਂ ਦੀ ਵੀ ਗੱਲ ਹੈ ਤਾਂ ਤੁਸੀਂ ਆਪਦੇ ਗੁਰੂ ਲਈ ਇੰਨਾ ਵੀ ਨਹੀਂ ਕਰ ਸਕਦੇ? ਉਹਨਾਂ ਦਾ ਕੰਟੈਕਸਟ ਇਹ ਹੈ ਵੀ ਉਹਨਾਂ ਨੇ ਪਰਟੀਕੂਲਰਲੀ ਇਹ ਨਹੀਂ ਕਿਹਾ ਵੀ ਜੀ ਵੀਜ਼ਾ ਲੱਗਦਾ ਕਿ ਨਹੀਂ ਹੋਈ, ਸਰ ਕਿ ਯੂ ਹੈਵ ਟੂ ਮੇਕ ਸੈਕਰੀਫਾਈਸ। ਬਿਲਕੁਲ, ਇਹੀ ਕੰਟੈਕਸ ਸੀਗਾ। ਕਲੀਅਰ ਸਾਹਿਬ, ਸਾਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ, ਮੈਨੂੰ ਲੱਗਦਾ ਅੱਜ ਤਾਂ ਨਾ ਸਿਆਸਤ ਕਰੀਏ ਨਾ, ਉਹੀ ਤਾਂ ਗੱਲ ਹੈ ਜੀ। ਮੈਂ ਸ਼ੁਰੂਆਤ ਸਿਆਸਤ ਤੋਂ ਕੀਤੀ, ਮਤਲਬ ਥੋੜ੍ਹੀ ਆਪਾਂ ਸਾਰੇ ਮੁੱਦੇ ਸਿਆਸਤ ਕਰਾਂਗੇ। KP ਜੀ, ਮੈਂ ਸਿਆਸਤ ਨਹੀਂ ਕਰ ਰਿਹਾ, ਪਰ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਐਸਾ ਬਿਆਨ ਦੇਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਬਲਪੁਸੇ ਦੀ ਸਥਿਤੀ ਪੈਦਾ ਹੋਵੇ। ਕਲੀਅਰ ਸਾਹਿਬ, ਮੈਂ ਸੁਖਜਿੰਦਰ ਰੰਧਾਵਾ ਦਾ ਸਪੋਰਟਰ ਨਹੀਂ ਹੈਗਾ, ਨਾ ਪੰਜਾਬ ਸਰਕਾਰ ਦਾ ਸਪੋਰਟਰ ਹੈ। ਸਵਾਲ ਇਹ ਹੈਗਾ ਜੇ ਉਹਨਾਂ ਨੇ ਇੱਕ ਬਿਆਨ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਟੈਂਪ, ਜੇ ਤੁਸੀਂ ਸਟੈਂਪ ਤੋਂ ਡਰਦੇ ਹੋ ਤਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ, ਉਹਨਾਂ ਦਾ ਕਹਿਣਾ ਮਤਲਬ ਇਹ ਹੈ। KP ਜੀ, ਐ ਕਰੋ, ਤੁਸੀਂ ਬਿਆਨ ਦੁਬਾਰਾ ਸੁਣੋ, ਕਿੱਥੇ ਕਹਿ ਰਹੇ ਨੇ ਕਿ ਉੱਥੇ ਸਟੈਂਪ ਨਹੀਂ ਲੱਗਦੀ? ਇਹ ਗੱਲ ਕਹਿਣੀ ਕਿ ਤੁਸੀਂ ਆਪਣਾ ਪਾਸਪੋਰਟ ਵਾਰ ਦਿਓ, ਮੈਂ ਕਹਿੰਦਾ ਕਿ ਐਸੀ ਗੱਲਾਂ ਕਰਨ ਦੀ ਲੋੜ ਕੀ ਹੈ? ਤੁਸੀਂ ਲੋਕਾਂ ਨੂੰ ਜਾਗਰੂਕ ਕਰੋ, ਤੁਹਾਡੀ ਸਰਕਾਰ ਹੈ, ਤੁਸੀਂ ਹੋਰ ਵਧੀਆ ਤਰੀਕੇ ਨਾਲ ਜਾਗਰੂਕ ਕਰ ਸਕਦੇ ਹੋ। ਐਸੇ ਬਿਆਨ ਦੇ ਕੇ ਇਹ ਲੋਕਾਂ ਨੂੰ ਕਲੈਰਿਟੀ ਨਹੀਂ ਕਰ ਰਹੇ, ਇਹ ਹੋਰ ਭੰਬੜ ਭੂਸਾ ਪੈਦਾ। ਜਾਗਰੂਕਤਾ ਦੀ ਕਮੀ ਹੈ ਜਿਹੜੀ, ਉਹ ਤੁਹਾਡੀ ਪਾਰਟੀ ਵੱਲੋਂ ਰਹੀ ਹੈ ਜਾਂ ਤੁਹਾਡੇ ਭਾਈ ਵੱਲੋਂ ਰਹੀ ਹੈ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਰਹੀ ਹੈ? ਹਲੇ ਤੱਕ ਇਸ ਮੁੱਦੇ ਤੇ ਮੈਨੂੰ ਲੱਗਦਾ ਹੈ ਕਿ ਪ੍ਰੋਪਰ ਲੋਕਾਂ ਦੇ ਵਿੱਚ ਇੱਕ ਭੰਬੜ ਭੂਸਾ ਜ਼ਰੂਰ ਹੈਗਾ ਔਰ ਸਾਰਿਆਂ ਨੂੰ ਇਸ ਗੱਲ ਦੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ। ਗੁਰਮਿਤ ਮੰਗਟ, ਜ਼ਿੰਮੇਵਾਰੀ ਤੁਹਾਨੂੰ ਵੀ ਨਿਭਾਉਣੀ ਪਊਗੀ ਬਿਲਕੁਲ, ਕਿ ਤੁਸੀਂ ਜਾਗਰੂਕ ਕਰਨ ਵਿੱਚ ਨਹੀਂ ਸਫਲ ਹੋ ਸਕੇ। KP ਜੀ, ਦੇਖੋ ਇੱਦਾਂ ਆ ਵੀ ਕੁਛ ਸਟੇਟਮੈਂਟਸ ਸੁੱਖੀ ਜੀ ਨੇ ਆਖੀਆਂ ਅਤੇ ਇੱਕ ਸਟੇਟਮੈਂਟ ਇਹਨਾਂ ਨੂੰ ਬਹੁਤ ਬੁਰੀ ਲੱਗ ਗਈ, ਉਦੋਂ ਇਲਾਵਾ ਜਿਹੜੀ SGPC ਨੂੰ ਲੈ ਕੇ ਇਹਨਾਂ ਦੀ ਪਾਰਟੀ ਨੂੰ ਲੈ ਕੇ ਸਟੇਟਮੈਂਟ ਸੀ ਉਹਦੇ ਬਾਰੇ ਵੀ ਮੇਰੇ ਵੀਰ ਥੋੜ੍ਹਾ ਚਾਨਣ ਪਾ ਦੇਣ। ਦੂਜੀ ਗੱਲ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਹੈ ਕਲੇਅਰ ਸਾਹਿਬ, ਇਹ ਕੋਈ ਪਬਲਿਕ ਉਹ ਨਹੀਂ ਸੀਗੀ, ਜਸਟ ਪੰਜਾਬੀ ਨੇ ਕਿਸੇ, ਜਿਵੇਂ ਕਿ KP ਜੀ ਪਹਿਲਾਂ ਦੱਸ ਚੁੱਕੇ ਆ ਵੀ ਕਿਸੇ ਵੀ ਚੈਨਲ ਨੇ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ, ਇਹਨਾਂ ਨੇ ਸਪੈਸੀਫਿਕਲੀ ਉਹ ਸਵਾਲ ਪੁੱਛਿਆ ਸੀ, ਇਸ ਕਰਕੇ ਉਹਦਾ ਜਿਹੜਾ ਉਹਦੀ ਇੰਟੈਂਸ਼ਨ ਹੈ ਉਹ ਕਲੀਅਰ ਇਹਦੇ ਤੋਂ ਹੁੰਦੀ ਹੈ। ਦੂਜੀ ਗੱਲ ਹੈ ਜੀ, ਦੇਖੋ ਜਿਹੜਾ ਮੇਨ ਇਸ਼ੂ ਹੈਗਾ, ਮੇਨ ਇਸ਼ੂ ਹੈਗਾ ਵੀ ਜੇ ਆਪਾਂ ਬਾਹਲੇ ਪਿੰਡਾਂ ਆਸਥਾ ਜੇ ਦੇਖ ਲਈਏ, 50 ਸਾਲ ਬੰਦਾ ਹੋ ਜਾਂਦਾ ਉਹਦੇ 'ਚ ਆਸਥਾ ਜ਼ਿਆਦਾ ਆ ਜਾਂਦੀ ਹੈ, ਇੱਕ ਹਿਊਮਨ ਸਾਈਕੋਲੋਜੀ ਹੈ, ਅਤੇ ਮਜੋਰਿਟੀ ਆਫ ਪੀਪਲ ਡੋਂਟ ਹੈਵ ਪਾਸਪੋਰਟਸ, ਇਹ ਇੱਕ ਬਹੁਤ ਵੱਡਾ ਇਸ਼ੂ ਹੈ ਜੀ। ਔਰ ਇਸੇ ਇਸ਼ੂ ਨੂੰ ਲੈ ਕੇ ਜ਼ਿਆਦਾਤਰ ਮੇਰੀ
दादी जी की कज़न है, उनका मैनू फोन आया काका मेरा पासपोर्ट नहीं है, मेरा पासपोर्ट बनवा दे भी मैं करतारपुर लांगा मतलब उत्थे मत्था टेकन जाना है। सो बेसिकली हले उन्होंने यही लगता है भी मैं चंडीगढ़ रहना भी पता नहीं की गल है पासपोर्ट मतलब एक साइकी समझो लोगों की। ठीक है, एक छोटा जहा ब्रेक लवेंगे, ब्रेक तो वापस आवेंगे। असी पासपोर्ट तक ही सीमित ना रख ली आपके आपू, सवाल यूएन के जनरल सकत्तर ने जोड़ा साढ़े अगर रखा है कि असी उस पर अगे बढ़ सके हैं कि यूएन के जनरल सकत्तर के बयान असी उन्नी अहमियत देर दे सकते हैं ज नहीं। सवाल यह भी है, सवाल यह भी है करतारपुर लांघे के जरिए जो कुछ होना चाहिए सी कि होया। सवाल एक होर भी हैगा कि जे असी श्रद्धालुओं की गिनती की गल करते हैं तो असी उस एजेंडे पट्ठे पा रहे हैं जेडे चाहते नहीं करतारपुर लांघा खुले, पर नहीं साडा मकसद यह है कि तुहानू जागरूकता होवे, तुहानू समझ आवे कि करतारपुर लांघे जरिए की कुछ हो सकता है। भारत पाकिस्तान दोनों मुल्कों के आपसी सांझ भाईचारक सांझ जी पैदा हो सकती है। गुरु नानक साहब जो फलसफा है असी उस की जिक्र करना चाहते हैं, उसकी गल करना चाहते हैं। करतारपुर लांघे 100 दिन कौन किन्ना तुरिया, ब्रेक तो वापस। सवाल क्यों पूछ रहे चर्चा के, सवाल असं पूछ रहे हैं करतारपुर लांघा खुलना भारत पाकिस्तान के संबंधों की कौमांतरी तस्वीर किन्नी पतली। डॉक्टर लो वैसे तो को मैं सिख हिस्टरी बारे भी जान सकता तो उत्थे जी संगत की आमद घट उन्हें बारे भी जान सकता वो मैं बाद में जानूंगा, पर जोड़ा यूएन के जनरल सकत्तर का बयान है उस बयान को किन्नी अहमियत देनी चाहिए? देखो बड़ा इंपॉर्टेंट बयान आ जोड़ा उत्थे जाना ही यूएन सैक्रटरी जनरल का, दैट इज़ आलसो वेरी इंपॉर्टेंट भी जोड़ा यूएनओ आ कि इंपॉर्टेंस दे रहा सिख कम्यूनिटी और सिख कम्यूनिटी के जेडे रिलीजियस फेथ के जोड़े सेंटर उन्होंने कितनी इंपॉर्टेंस दे रहा। मैं इतने एक गल कहनी चाहना कोरीडोर जोड़ा लफज ही है वो लफज़ का जो तुम मतलब देखो तो उस पासपोर्ट की कोई रिक्वायरमेंट होनी नहीं चाहिए, लेकिन अनफॉर्चुनेटली जो पासपोर्ट की रिक्वायरमेंट इंट्रोड्यूस कर दी गई है दैट क्रिएट्स प्रॉब्लम फॉर दोज पीपल हू वॉन्ट टू गो ओवर देयर टू पे देयर ओबिसेंस उ जो श्रद्धा करनी चाहते हैं सिख जोड़े राशन कार्ड आ उत्थे पिंडां दे विच लोकां दे कोल होणगे, राशन कार्ड नहीं होणगे आधार कार्ड तो लाजमी होणगे हर इंडियन सिटीजन दे कोल आधार कार्ड हैगा। मैं समझदा आधार कार्ड लै के उन्हां नूं जाण दी इजाजत होनी चाहिए आ, आधार कार्ड वो अपना उत्थे रख लैण ते वह बंदा जाके आवे जदों मुड़ के आवे उन्हूं आधार कार्ड वापस दे दिता जाए। तो ये जिहड़ियां प्रॉब्लम्स हैगियां बहुत मतलब कॉम्प्लीकेट कीतियां गईयां बाई वेस्टड इंटरस्ट। मैं एक गल दावे नाल कहना क्योंकि ये इस किस्म की एक चीज़ मेरे रिश्तेदार नाल हैपन हुई है, ऑस्ट्रेलिया दे सिटीजन उत्थों आए ईमेल ते उन्होंने अप्लाई किया मेरे घर उन्होंने इनकुआरी हुई हले वो पहुँचे नहीं सी भी ऐ फलां 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 बंदे थोड़े कोल आ रहे, मैं कहा हाँ जी आ रहे, तो उन्होंने सारी डिटेल जिनी कु मैनू सी पता मैं उन्होंने देती, लेकिन वो बेचारे तिने कुड़ियां सीगियां दे ऑल दी वे वेंट फ्रॉम चंडीगढ़ टू दैट प्लेस, उत्थे उन्होंने जवाब देता भी तुसी जा नहीं सकते, दे केम बैक। आई मीन दिस वॉज डिसहार्टनिंग, दिस वॉज समथिंग विच वॉज अनएक्सैप्टेबल फॉर एनी परसन। मैं हों मैनू भी इन्नी दूर तुम जाओ चंडीगढ़ तो 250-300 किलोमीटर है तो उस जाके थोड़ू कह जी तुम जा नहीं सकते, ऑल दी वे फ्रॉम ऑस्ट्रेलिया दे ट्रैवल टू इंडिया एंड फ्रॉम चंडीगढ़ दे ट्रैवल टू सुल्तानपुर लोधी ना कि डेरा बाबा नानक तो उत्थे पहुँचन ते और वो जिहड़ियां बच्चियां हैगियां दे आर बॉर्न एंड ब्रॉट अप ओवर देयर इन ऑस्ट्रेलिया मतलब दे हैड वेरी परमिटेड परमिटेड सी ओ हां हां जिहड़े तुसीं गल करदे उन्होंने उत्थे उत्थे जाके क्यों मना हो गया? ये तो बड़ा उन्होंने कोई रीजन असाइन नहीं किया, मैं बल्कि उन्होंने किन्नी वारी कहा मैं कहा तुसीं एक एप्लीकेशन लिखो मैं तुहानूं एप्लीकेशन लिखा दिंदा राइट टू द जिहड़ा ऑस्ट्रेलियन एंबेसडर हैगा इंडिया दे विच ओह इंसीडेंटली शी इज ए सिख लेडी भी तुसीं उन्हों लिखो या उन्हों टेलीफोन करो। हुण कोई बंदा थोड़े दिनों लई आउंदा उहदियां होर बहुत किस्म दियां कम कार हुंदे रिश्तेदारां नूं मिलना इधर जाना उधर जाना उन्हों बेचारियां लिख नहीं सकियां, पर मैं इह तां दिस इज़ वन एग्जाम्पल भी इस किस्म दियां चीज़ां जिहड़ियां हैगियां लोकां नूं डिसकरेज करी। दूसरी इंपॉर्टेंट चीज़ श्रोमणी गुरद्वारा प्रबंधक कमेटी नूं जिस तरीके नाल जत्थे लिजाते आ ननकाणा साहब लिजाते आ होर जगह लिजाते आ इस किस्म की कोई बनाउणी चाहीदी आ जिस दे नाल उह जत्थे लैके जाण और जिथे उत्थे तां बड़ा ईजी काम है भी सुबह जाओ शाम नूं तुसीं उसे गड्डिया उन्होंने कुछ काम किए हैं उन्होंने कई थावां ते सेंटर बनाए आ कई थावां ते उन्होंने बस सर्विस की भी सेवा शुरू की है। देखो आ हुण जगह जगह ते पटना साहब लई भी लोग जाते हैं साउथ इंडिया के नंदेड़ साहब लई भी लोग जाते हैं होर जगह भी जाते हैं इस किस्म की मैं एक्टिविटी नहीं कहना चाहते हकीकी तौर पर जमीन के उत्ते सब कुछ दिखता नहीं पाया मैं विजिबल नहीं क्लियर साहब मैं इस सवाल जरूर लैना चाहता
श्रोमणी कमेटी ने जो काम करने से जिस तरीके ने कहते जत्थे लेके जाते उस तरीके ने इनिशिएटिव श्रोमणी कमेटी नहीं लिता। नहीं के पी जी, मैं इस गल बिल्कुल मनने तैयार नहीं है। श्रोमणी गुरुद्वारा प्रबंधक कमेटी इसलिए काम कर रही है, जिवें हुणी तुसीं दस्सिया कि हर जगह ते सेंटर खुले हुए, हर थां ते नहीं, मैं कहा कुछ थावां ते, जो मैनूं जानकारी है, जो मैनूं जगह ते सेंटर खुले हुए ने उत्थे तुसीं रजिस्ट्रेशन करा सकदे हो। कई उहनां गुरुद्वारां विच वी सेंटर हैगे जिहड़े एसजीपीसी दे अंडर नहीं हैगे, लोकां ने आप इनिशिएटिव ही लिता, कई लोकां ने मुफ्त यात्रावां वी करवाईआं डेरा बाबा नानक तक, मैनूं उहनां संस्थावां दे नाम वी याद है। मैं के पी जी फिर उही गल कह रहा, इहदा जिहड़ा इक सब तों वड्डा कारण श्रद्धालु ना जाण दा, लोकां दे आपदे निजी कारण ने। सो इहदे च कोई गल नहीं कि ओह किसे तरीके दे नाल उत्थे श्रोमणी गुरुद्वारा प्रबंधक कमेटी कोई इंटरस्ट नहीं लै रही, किते ना किते मैं इह गल जरूर मानदा कि जो पाकिस्तान वल्लों शर्तां रखियां गईआं ने उह शर्तां वी किते ना किते हिच बण रहीआं लोकां दे जाण दे। अमरिंदर सिंह जी, ਇਹ ਕਹਿ ਰਹੇ ਲੋਕਾਂ ਦੇ ਨਿੱਜੀ ਕਾਰਨ ਹੋ ਸਕਦੇ ਆ, ਸੰਗਤ ਦੇ ਨਿੱਜੀ ਕਾਰਨ ਹੋ ਸਕਦੇ, ਤੁਸੀਂ ਇਸ ਨਾਲ ਇਤਫਾਕ ਰੱਖਦੇ? ਨਹੀਂ, ਇਹ ਬਿਲਕੁਲ ਮੈਂ ਇਹਦੇ ਨਾਲ ਇਤਫਾਕ ਨਹੀਂ ਰੱਖਦਾ। ਸੰਗਤ ਦਾ ਬਹੁਤ ਉਤਸ਼ਾਹ ਉੱਥੇ ਜਾਣ ਲਈ, ਮੈਂ ਡਾਕਟਰ ਸਾਹਿਬ ਦੀ ਗੱਲ ਨਾਲ ਇਤਫਾਕ ਰੱਖਦਾ ਕਿ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਟੂ ਬੀ ਫੇਅਰ, ਚੰਡੀਗੜ੍ਹ ਦੇ ਵਿੱਚ ਮੈਨੂੰ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਦੀਆਂ ਲੜਕੀਆਂ ਨੇ ਅਪਰੋਚ ਕੀਤਾ ਕਿ ਅਸੀਂ 100 ਲੜਕੀਆਂ ਦਾ ਜੱਥਾ ਲੈ ਕੇ ਜਾਣਾ। ਮੈਂ ਕਿਹਾ ਡੋਂਟ ਟੇਕ ਰਿਸਕ, ਮੈਂ ਕਿਹਾ ਤੁਹਾਨੂੰ ਇੱਥੇ ਖੱਜਲ ਖੁਆਰ ਕਰਨਗੇ, ਪਹਿਲਾਂ ਤਾਂ ਤੁਹਾਡੇ ਘਰ ਪੁਲਿਸ ਆਏਗੀ ਸਭ ਦੇ ਕਰਕੇ, ਤੁਸੀਂ ਪਾਕਿਸਤਾਨ ਜਾਣਾ ਕਿਉਂਕਿ ਜਾਂਦੀ ਹੈ ਪੁਲਿਸ, ਜਦੋਂ ਤੁਸੀਂ ਅਪਲਾਈ ਕਰਦੇ ਹੋ ਉਹ ਇੱਕ ਇੱਕ ਦੇ ਘਰ ਜਾਂਦੀ ਹੈ। ਤੁਸੀਂ ਜ਼ਿੰਮੇਵਾਰੀ ਨਾਲ ਬਿਆਨ ਦੇ ਰਹੇ ਹੋ? ਮੈਂ ਬਿਲਕੁਲ, ਮੈਂ ਆਪਣੀ ਤਾਂ ਹੱਡ ਬੀਤੀ ਦੱਸ ਰਿਹਾ, ਮੈਂ ਉਹਨਾਂ ਨੂੰ ਕਿਹਾ ਕਿ ਨਾ ਜਾਓ ਤੁਸੀਂ, ਮੈਂ ਕਿਹਾ ਗੱਲ ਤੁਹਾਡੀ ਹੋਈ ਨਾ। ਮੈਂ ਤੁਹਾਨੂੰ ਦੱਸ, ਲੋਕੀ ਮੈਨੂੰ ਆ ਕੇ ਕਹਿੰਦੇ ਆ ਨਾ ਕਿ ਜੀ ਅਸੀਂ ਗਏ ਮੁੜੇ ਆਏ ਜੀ, ਸਾਨੂੰ ਜਾਣ ਨਹੀਂ ਦਿੱਤਾ ਗਿਆ, ਇੱਕ ਫੈਮਿਲੀ ਗਈ, ਹੈੱਡ ਆਫ ਦੀ ਫੈਮਿਲੀ, ਜਦੋਂ ਸਾਰਾ ਕੋਲ ਪਰਮਿਸ਼ਨ ਮਿਲ ਗਈ, ਸਭ ਕੁਝ ਹੋ ਗਿਆ, ਆਨਲਾਈਨ ਸਭ ਕੁਝ ਹੋ ਗਿਆ, ਸਭ ਕੁਝ ਹੋ ਗਿਆ, ਉਸ ਦੇ ਬਾਵਜੂਦ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਨਹੀਂ ਜਾਣਦੇ? ਨਹੀਂ ਜਾਣ ਦਿੰਦੇ। ਮੇਰੇ ਕੋਲ ਇੱਕ ਹੈੱਡ ਆਫ ਦੀ ਫੈਮਿਲੀ ਨੇ ਅਪਰੋਚ ਕੀਤਾ ਕਿ ਮੇਰੇ ਨਾਲ ਮੇਰੀਆਂ ਦੋ ਬੇਟੀਆਂ ਅਤੇ ਮੇਰੀ ਵਾਈਫ ਹੈ, ਮੈਨੂੰ ਕਹਿੰਦੇ ਜੀ ਤੇਰੇ ਨਾਮ 'ਤੇ ਪਰਮਿਸ਼ਨ ਹੈਗੀ ਹੈ। ਮੈਂ ਕਹਿੰਦਾ, ਮੈਂ ਉਹਨਾਂ ਨੂੰ ਬਥੇਰਾ ਸਮਝਾਇਆ ਕਿ ਪੂਰਾ ਅੱਗੇ ਕਾਲਮ ਹੈ ਜੀ, ਪੂਰੀ ਫੈਮਿਲੀ ਦਾ ਕਾਲਮ ਹੈ, ਸਾਰਿਆਂ ਕੋਲ ਹੈਗੀ ਹੈ। ਉਹ ਕਹਿੰਦਾ ਜੀ ਤੂੰ ਇਕੱਲਾ ਚਲਾ ਜਾ। ਕਹਿੰਦਾ ਮੈਂ ਇਕੱਲਾ ਕਿਵੇਂ ਜਾਵਾਂ, ਮੈਂ ਜਨਾਨੀ ਨੂੰ ਔਰ ਬੱਚਿਆਂ ਕੁੜੀਆਂ ਨੂੰ ਕਿੱਥੇ ਛੱਡ ਕੇ ਜਾਵਾਂ? ਕਹਿੰਦਾ ਮੈਂ ਗਿਆ ਹੀ ਨਹੀਂ, ਵਾਪਸ ਆ ਗਿਆ ਨਹੀਂ। ਮਤਲਬ ਬਾਕੀ ਡਾਕਟਰ ਢਿੱਲੋਂ ਨੇ ਖੜਾ ਕੀਤਾ ਕਿ ਆਸਟ੍ਰੇਲੀਆ ਤੋਂ ਫੈਮਿਲੀ ਆਈ ਸੀ। ਦੇਖੋ ਇਹ ਹਕੀਕਤ ਹੈ, ਉਹਦੇ ਚ ਅਸੀਂ ਇਹ ਮੰਨ ਸਕਦੇ ਇੰਡੀਅਨ ਹੈ, ਉਹ ਬੰਦੇ ਇੰਡੀਅਨ ਸੀਗੇ। ਹਾਂ, ਜੇ ਜਿਹੜੇ ਇਹਨਾਂ ਨੇ ਸਵਾਲ ਕੀਤਾ ਡਾਕਟਰ ਆਸਟ੍ਰੇਲੀਅਨ ਸਿਟੀਜ਼ਨ, ਉਹਨਾਂ ਦੇ ਉਹ ਆਸਟ੍ਰੇਲੀਅਨ ਸਿਟੀਜ਼ਨ ਹੈ, ਇਸ ਕਰਕੇ ਹੋ ਸਕਦਾ ਉਹਨਾਂ ਨੂੰ ਦਿੱਕਤ ਆਈ ਹੋਵੇ। ਮੈਂ ਕਹਿ ਰਿਹਾ ਜੀ ਉਹ ਉੱਥੇ ਉਹ ਮਤਲਬ ਐਕਸ ਵਾਈ ਜ਼ੈਡ ਕੋਈ ਵੀ ਬਹਾਨਾ ਲਾ ਕੇ ਉਹਨਾਂ ਦਾ ਇੰਟੈਂਸ਼ਨ ਨਹੀਂ ਰਹਿੰਦੀ ਕਿ ਬੰਦਾ ਨਾ ਜਾਵੇ। ਨਹੀਂ ਤਾਂ ਐਸੀ ਕੋਈ ਗੱਲ ਨਹੀਂ ਹੈ ਕਿ ਵੀ ਤੁਸੀਂ ਕੀ ਕਹਿ ਰਹੇ ਹੋ ਵੀ ਸਿੱਖਾਂ ਦਾ ਕਰਤਾਰਪੁਰ ਸਾਹਿਬ ਦੇ ਝੁਕਾਵ ਨਹੀਂ ਹੈ, ਐਸੀ ਗੱਲ ਨਹੀਂ ਹੈ। ਸਿੱਖ ਕਰਤਾਰਪੁਰ ਸਾਹਿਬ ਲਈ ਕੁਝ ਵੀ ਕਰ ਸਕਦਾ, ਸੰਗਤ ਜਾਣਾ ਚਾਹੁੰਦੀ ਹੈ, ਬਿਲਕੁਲ ਜਾਣਾ ਚਾਹੁੰਦੀ ਹੈ, ਲੇਕਿਨ ਕੋਈ ਨਾ ਕੋਈ ਰੀਜ਼ਨ ਕਰਕੇ ਉਹਨੂੰ ਉੱਥੇ ਤੁਹਾਡੇ ਸਵਾਲ ਦਾ ਜਵਾਬ ਪਾਈ ਜਾਂਦੀ ਹੈ। ਮੈਂ ਤੁਹਾਡੇ ਤੋਂ ਇੱਕ ਜਵਾਬ ਇਹ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਕੋਈ ਇਹੋ ਜਿਹਾ ਸੈਂਟਰ ਦੇ ਵਿੱਚ ਸ਼ਿਕਾਇਤਾਂ ਲੈ ਸਕਦੀ ਹੈ ਕਿ ਸਾਨੂੰ ਉੱਥੇ ਦਿੱਕਤਾਂ ਆ ਰਹੀਆਂ ਅਤੇ ਸਾਡੀ ਇਹ ਦਿੱਕਤ ਆ ਜਿਹੜਾ ਉਹਦਾ ਹੱਲ ਕੀਤਾ ਜਾਵੇ? ਛੱਡੋ ਤੁਸੀਂ ਸਿਆਸਤ ਨੂੰ, ਜੋ ਜੋ ਧਰਮ ਦੀ ਨੁਮਾਇੰਦਾ ਜਥੇਬੰਦੀ ਹੈਗੀ ਆ ਉਹ ਇਹ ਸ਼ਿਕਾਇਤਾਂ ਲੈ ਕੇ ਉਹ ਸ਼ਿਕਾਇਤਾਂ ਨੂੰ ਐਡਰੈਸ ਕਰੇ ਅਤੇ ਉੱਤੇ ਜਿਹੜੇ ਅਧਿਕਾਰੀ ਹੈਗੇ ਜਾਂ ਜਿਹੜੇ ਤੰਗ ਪਰੇਸ਼ਾਨ ਕਰਦੇ ਉਹਨਾਂ ਕੋਲ ਲੈ ਕੇ ਜਾਵੇ। ਕੇਪੀ ਜੀ, ਬਕਾਇਦਾ ਲਈਆਂ ਜਾ ਰਹੀਆਂ ਨੇ। ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਜਿਹੜੇ ਸੈਂਟਰ 'ਤੇ ਤੁਸੀਂ ਅਪਲਾਈ ਕਰਨਾ ਉੱਥੇ ਤੁਸੀਂ ਸ਼ਿਕਾਇਤ ਵੀ ਦੇ ਸਕਦੇ ਹੋ। ਔਰ ਦੂਜੀ ਗੱਲ, ਜਿਵੇਂ ਹੁਣੀ ਸਦਾ ਅਮਰਿੰਦਰ ਸਿੰਘ ਜੀ ਨੇ ਕਿਹਾ ਕਿ ਮੈਂ ਮਨਾ ਕਰਤਾ, ਸੋ ਕਿਤੇ ਨਾ ਕਿਤੇ ਇਸ ਕੋਰੀਡੋਰ ਨੂੰ ਲੈ ਕੇ ਜਿਵੇਂ ਮੈਂ ਰੰਧਾਵਾ ਸਾਹਿਬ ਕਿ ਕੁਛ ਕਈ ਵਾਰੀ ਕੋਈ ਐਸੇ ਬਿਆਨ ਆਪਦੇ ਵੱਲੋਂ ਹੀ ਆ ਜਾਂਦੇ ਜਿਹੜੇ ਕਿ ਲੋਕਾਂ ਨੂੰ ਜਾਣ ਤੋਂ ਰੋਕ ਰਹੇ ਨੇ। ਔਰ ਜਿਹੜੀ ਗੱਲ ਹੁਣੀ ਸਰਦਾਰ ਸਾਹਿਬ ਨੇ ਕਹੀ ਹੈ ਆਸਟ੍ਰੇਲੀਅਨ ਸਿਟੀਜ਼ਨ ਦੀ, ਮੈਂ ਉਸ ਗੱਲ 'ਚ ਮੰਨਦਾ ਕਿ ਜਿਹੜਾ ਕੋਰੀਡੋਰ ਹੈਗਾ ਉਹ ਕਿਤੇ ਨਾ ਕਿਤੇ ਭਾਰਤੀ ਸਿਟੀਜ਼ਨਸ ਦੇ ਲਈ ਹੈਗਾ, ਉਹ ਕੋਈ ਕਾਲਮ ਦੇ ਵਿੱਚ ਉਹਨਾਂ ਦੇ ਆਪਣੇ ਪੇਪਰ ਵਰਕ ਦੇ ਵਿੱਚ ਕੋਈ ਕਮੀ ਰਹੀ ਹੋਣੀ, ਕਿਉਂਕਿ ਆਸਟ੍ਰੇਲੀਅਨ ਪਾਸਪੋਰਟ ਹੋਲਡਰ ਸੀ। ਰੰਧਾਵਾ ਸਾਹਿਬ ਦਾ ਵਾਰ ਵਾਰ ਜ਼ਿਕਰ ਕਰਦੇ ਪਏ, ਮੈਂ ਸਰਦਾਰ ਸਾਹਿਬ ਇਹਨਾਂ ਦਾ ਜ਼ਿਕਰ ਕਰਦਾ, ਪਲੀਜ਼ ਇੱਕ ਮਿੰਟ, ਮੈਂ ਰੰਧਾਵਾ ਸਾਹਿਬ ਦਾ ਥੋੜ੍ਹਾ ਜਿਹਾ ਤੁਹਾਨੂੰ ਮੈਂ ਜ਼ਿਕਰ ਕਰ ਦੇਵਾਂ ਕਿ ਰੰਧਾਵਾ ਸਾਹਿਬ ਜਿੱਦਣ ਲਾਂਘਾ ਖੁੱਲ੍ਹਣਾ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ ਮੈਂ ਉਹਨਾਂ ਦਾ ਉੱਥੇ ਜ਼ੀਰੋ ਲਾਈਨ 'ਤੇ ਇੰਟਰਵਿਊ ਕੀਤਾ, ਉਹਨਾਂ ਮੈਂ ਜੋ ਸਵਾਲ ਕੀਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀਗੇ, ਇਮੋਸ਼ਨਲ ਹੋਏ ਪਏ ਸੀ ਉਹ। ਜਗ੍ਹਾ ਦਾ ਪਿਆਰ ਹੈ, ਮੈਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ। ਮੈਂ ਕਰ ਰਿਹਾ ਕਿ ਮੰਤਰੀ ਹੋਣ ਦੇ ਨਾਤੇ ਜੋ ਉਹਨਾਂ ਨੇ ਇਸ ਗੱਲ ਨੂੰ ਕਿਹਾ ਨਹੀਂ ਕਹਿਣੀ ਚਾਹੀਦੀ ਸੀ, ਮੇਰਾ ਵਿਚਾਰ ਹੈ। ਦੂਜੀ ਗੱਲ, ਮੈਂ ਫਿਰ ਦੁਬਾਰਾ ਉਹੀ ਗੱਲ ਕਹਿਣਾ ਕਿ ਜਿਹੜੀਆਂ ਆਸਟ੍ਰੇਲੀਅਨ ਸਿਟੀਜ਼ਨ ਸੀਗੀਆਂ, ਮੈਂ ਉਹਨਾਂ ਨੇ ਆਪਣਾ ਪੇਪਰ ਵਰਕ ਦੇ ਵਿੱਚ ਕੋਈ ਹੋਇਆ ਨਾ, ਔਰ ਅਗਰ ਕੋਈ ਪ੍ਰੋਬਲਮ ਹੈਗੀ ਹੈ ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਸ਼੍ਰੋਮਣੀ ਕਮੇਟੀ ਨੂੰ ਦੱਸੋ, ਉਹਨਾਂ ਨੇ ਇਹ ਗੱਲ ਕਹੀ, ਆਸਟ੍ਰੇਲੀਅਨ ਹਾਈ ਕਮਿਸ਼ਨਰ ਨੂੰ ਦੱਸੋ, ਤੁਸੀਂ ਗਵਰਨਮੈਂਟ ਆਫ ਇੰਡੀਆ ਨੂੰ ਲਿਖੋ, ਤੁਹਾਨੂੰ ਉਹਨੂੰ ਦੱਸਣਗੇ ਕਾਰਨ ਕਿ ਤੁਹਾਨੂੰ ਕਿਉਂ ਨਹੀਂ ਜਾਣ ਦਿੱਤਾ। ਹਾਂ ਮਿਸਟਰ ਮੰਗਟ, ਕੇ ਪੀ ਜੀ, ਦੇਖੋ ਇਹਦੇ 'ਚ ਬੜੀ ਇੰਪੋਰਟੈਂਟ, ਮੈਂ ਕਲੇਅਰ ਸਾਹਿਬ ਦੀ ਗੱਲ ਨਾਲ ਇਤਫਾਕ ਨਹੀਂ ਰੱਖਦਾ ਵੀ ਲੋਕਾਂ ਦੇ ਵਿੱਚ ਉਤਸ਼ਾਹ ਨਹੀਂ ਹੈਗਾ। ਮੈਂ ਆਪਦੇ ਘਰ ਦੀ ਇਗਜ਼ਾਮਪਲ ਦਿੰਦਾ, ਮੇਰੇ ਮਦਰ ਨੂੰ ਮੇਰੇ ਮਾਮੀ ਜੀ ਦਾ ਫੋਨ ਆਇਆ ਕਿ ਭੈਣ ਜੀ ਅੱਜ ਹਾਲਾਤ ਠੀਕ ਹੈ ਇੰਡੀਆ ਪਾਕਿਸਤਾਨ ਦੇ, ਆਪਾਂ ਵੇਟ ਨਾ ਕਰੀਏ, ਆਪਾਂ ਜਾਈਏ। ਸਮਝ ਰਹੇ ਹੋ ਜੀ, ਅੱਜ ਹਾਲਾਤ ਠੀਕ ਹੈ, ਜਿੱਦਾਂ ਇਹਨਾਂ ਦੀ ਸਰਕਾਰ ਚੱਲ ਰਹੀ ਹੈ ਸੈਂਟਰ ਦੇ ਵਿੱਚ, ਕੱਲ੍ਹ ਨੂੰ ਹਾਲਾਤ ਖਰਾਬ ਹੋ ਸਕਦੇ ਆ, ਮੈਂ ਆਪਣੇ ਸਾਡੇ ਭਾਰਤ ਵੱਲੋਂ ਨਹੀਂ ਪਾਕਿਸਤਾਨ ਵੱਲੋਂ ਵੀ ਹੋ ਸਕਦੇ ਆ। ਉਹ ਹੁਣ ਦੋ ਦਿਨਾਂ ਤੋਂ ਜੰਮੂ ਕਸ਼ਮੀਰ ਦੇ ਵਿੱਚ ਉਹ
ਹੁਣ ਕਹਿਣ ਦਾ ਮਤਲਬ ਹੈ ਵੀ ਆਪਾਂ ਨੂੰ ਇਸ ਚੀਜ਼ ਸਮਝਣ ਦੀ ਲੋੜ ਹੈ ਆਪਾਂ ਕਿੱਥੇ ਰੁਕੇ ਹਾਂ। ਹੁਣ ਪ੍ਰੋਬਲਮ ਹੈ ਮੇਰੇ ਮਦਰ ਇਸ ਕਰਕੇ ਨਹੀਂ ਜਾ ਸਕੇ ਕਿਉਂਕਿ ਮੇਰੇ ਮਾਮੀ ਜੀ ਦਾ ਪਾਸਪੋਰਟ ਐਕਸਪਾਇਰ ਹੋਣ ਵਾਲਾ ਹੈ। ਉਹ ਕਹਿੰਦੇ ਜੀ ਪਹਿਲਾਂ ਪਾਸਪੋਰਟ ਰੀਨਿਊ ਮਤਲਬ ਐਕਸਪਾਇਰ ਹੋ ਗਿਆ ਹੈ, ਉਹ ਕਹਿੰਦੇ ਪਹਿਲਾਂ ਪਾਸਪੋਰਟ ਰੀਨਿਊ ਕਰਾਓ ਉਸ ਤੋਂ ਬਾਅਦ ਉਹ ਕਰਨਾ। ਮੰਗਰ ਸਾਹਿਬ ਇੱਕ ਸਵਾਲ ਮੈਨੂੰ ਇੱਥੇ ਇਹ ਵੀ ਕਹਿਣਾ ਪਊਗਾ ਜੀ ਕਿ ਮੰਤਰੀ ਸਾਹਿਬ ਨੂੰ ਅਸੀਂ ਯਾਦ ਕਰਵਾ ਰਹੇ ਹਾਂ? ਨਹੀਂ ਕੇਪੀ ਜੀ, ਮੈਂ ਦੇਖੋ ਅਸੀਂ ਯਾਦ ਕਰਵਾ ਰਹੇ ਹਾਂ, ਤੁਸੀਂ ਸਾਰੇ ਲੋਕਾਂ ਨੇ ਬੜੀ ਸਿਆਸਤ ਕੀਤੀ ਉਦੋਂ ਬੜੇ ਬਿਆਨਬਾਜ਼ੀਆਂ ਕੀਤੀਆਂ, ਹੁਣ ਤੁਹਾਨੂੰ ਵੀ ਯਾਦ ਨਹੀਂ ਹੈ ਦੇਖੋ ਅਸੀਂ ਕਿਹੜੇ ਮੁੱਦਿਆਂ ਦਾ ਹੱਲ ਕਰਨੇ। ਕੇਪੀ ਜੀ ਦੇਖੋ ਇੱਕ ਗੱਲ ਹੈ ਵੀ ਸਾਡੀ ਸਰਕਾਰ ਦੀ ਅਤੇ ਸਾਡੀ ਪਾਰਟੀ ਦੀ ਇਹ ਸ਼ੁਰੂ ਤੋਂ ਹੀ ਮੰਗ ਰਹੀ ਹੈ, ਤੁਹਾਡੇ ਹੀ ਚੈਨਲ 'ਤੇ ਇੱਥੇ ਬੈਠ ਕੇ ਢਿੱਲੋਂ ਸਾਹਿਬ ਹੋਣੀ ਵੀ ਸੀਗੇ, ਅਸੀਂ ਇਸ ਚੀਜ਼ 'ਤੇ ਡਿਸਕਸ ਕਰ ਚੁੱਕੇ ਹਾਂ ਵੀ ਇਹ ਜਿਹੜੀ ਫੀਸ ਹੈਗੀ ਆ ਉਹ ਹਟਾਈ ਜਾਵੇ ਅਤੇ ਪਾਸਪੋਰਟ ਦੀ ਜਿਹੜੀ ਕੰਡੀਸ਼ਨ ਹੈਗੀ ਆ ਉਹਦੇ 'ਤੇ ਵਰਕਆਊਟ ਕੀਤਾ ਜਾਵੇ। ਇੱਕ ਹੋਰ ਛੋਟਾ ਜਿਹਾ ਵਕਫਾ ਲਊਂਗਾ, ਵਕਫੇ ਤੋਂ ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਹੈਗੇ ਪਰ ਇਹਨਾਂ ਸਵਾਲਾਂ ਦੇ ਵਿਚਾਲੇ ਸਵਾਲ ਇਹ ਵੀ ਹੈਗਾ ਕਿ ਭਾਰਤ ਪਾਕਿਸਤਾਨ ਦੋਨੋਂ ਆਪਣੇ ਪੱਧਰ 'ਤੇ ਸ਼ਾਂਤੀ ਵਾਲੇ ਰਾਹ 'ਤੇ ਤੁਰੇ ਆ ਕਿ ਨਹੀਂ ਤੁਰੇ, ਕਰਤਾਰਪੁਰ ਲਾਂਘੇ ਜ਼ਰੀਏ ਕਿ ਇਹ ਸ਼ਾਂਤੀ ਵਾਰਤਾ ਜਿਹੜੀ ਉਹ ਆਪਸ ਵਿੱਚ ਅੱਗੇ ਵਧੇਗੀ। ਹੋਰ ਬੜੇ ਮੁੱਦੇ ਹੈਗੇ ਦੋਨਾਂ ਮੁਲਕਾਂ ਦੇ, ਉਹਨਾਂ ਦੇ ਬਾਰੇ ਕਰਤਾਰਪੁਰ ਲਾਂਘੇ ਜ਼ਰੀਏ ਕੋਈ ਹੱਲ ਹੋ ਸਕਦਾ ਜਾਂ ਨਹੀਂ ਹੋ ਸਕਦਾ, ਵਾਪਸ ਆ ਕੇ ਫਿਰ ਇਹ ਸਵਾਲ ਹੋਣਗੇ। ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਰਤਾਰਪੁਰ ਲਾਂਘਾ ਖੁੱਲ੍ਹਣਾ ਭਾਰਤ ਪਾਕਿਸਤਾਨ ਦੇ ਸੰਬੰਧਾਂ ਦੀ ਕੌਮਾਂਤਰੀ ਤਸਵੀਰ ਕਿੰਨੀ ਬਦਲੀ? ਅਮਰਿੰਦਰ ਸਿੰਘ ਜੀ, ਕਰਤਾਰਪੁਰ ਲਾਂਘੇ ਨੂੰ ਜਿੰਨੀ ਤਰਜੀਹ ਕੁਝ ਮਹੀਨਿਆਂ ਦੇ ਵਿੱਚ ਮਿਲੀ ਜਦੋਂ ਇਹ ਸਭ ਕੁਝ ਹੋਇਆ, ਜਦੋਂ ਇਹ ਗੱਲਬਾਤ ਅੱਗੇ ਤੁਰੀ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸਿਆਸਤਦਾਨਾਂ ਨੇ ਬਿਆਨਬਾਜ਼ੀਆਂ ਕੀਤੀਆਂ, ਜਿਸ ਤਰੀਕੇ ਨਾਲ ਲੋਕਾਂ ਨੇ ਕਿਹਾ ਕਿ ਸਿਆਸਤ ਨਹੀਂ ਹੋਣੀ ਚਾਹੀਦੀ, ਉਧਰਲੇ ਬਛਿੰਦਿਆਂ ਨੇ ਵੀ ਕਿਹਾ, ਇਧਰਲੇ ਬਛਿੰਦਿਆਂ ਨੇ ਵੀ ਕਿਹਾ, ਮੀਡੀਆ ਨੇ ਵੀ ਇਸ ਮੁੱਦੇ ਤੋਂ ਬਹੁਤ ਇਹਨੂੰ ਸੁਰਖੀਆਂ ਦਿੱਤੀਆਂ, ਹਾਈਪ ਦਿੱਤੀ, ਹੁਣ ਕੌਣ ਨਹੀਂ ਚਾਹੁੰਦਾ ਕਿ ਕਰਤਾਰਪੁਰ ਲਾਂਘੇ ਦੀ ਗੱਲ ਨਾ ਹੋਵੇ? ਕੌਣ ਨਹੀਂ ਚਾਹੁੰਦਾ ਕਰਤਾਰਪੁਰ ਲਾਂਘੇ ਦੀ ਗੱਲ ਹੋਵੇ? ਦੇਖੋ ਕੇਪੀ ਜੀ, ਜੇ ਕਰਤਾਰਪੁਰ ਲਾਂਘੇ ਨੂੰ ਵਾਕਿਆ ਹੀ ਇਹਨਾਂ ਨੇ ਸਕਸੈਸਫੁਲ ਕਰਨਾ ਹੈ, ਦਿਲੋਂ ਇਹ ਚਾਹੁੰਦੇ ਆ ਕਿ ਸਕਸੈਸਫੁਲ ਹੋਵੇ, ਅਤੇ ਉਹਦੇ ਲਈ ਬਹੁਤ ਉਹਦੀ ਪ੍ਰਮੋਸ਼ਨ ਲਈ ਬਹੁਤ ਰਸਤੇ ਹੈਗੇ ਆ। ਪੰਜਾਬ ਗੌਰਮੈਂਟ ਦੇ 117 MLA ਆ, ਰੋਜ਼ ਦੇ 117 ਦਿਨ ਕਹਿ ਦੇਣ ਕਿ ਮੈਂ 5000 ਦਾ ਜੱਥਾ ਮੈਂ ਲੈ ਕੇ ਜਾਵਾਂਗਾ, 117 ਦਿਨ ਜਾਣ, ਇੱਕ ਇੱਕ MLA ਜਾਵੇ। SGPC ਦਾ 150 ਮੈਂਬਰ ਹੈ, ਉਹ ਕਹੇ ਮੈਂ ਲੈ ਕੇ ਜਾਵਾਂਗਾ 5000 ਦਾ ਜੱਥਾ, ਉਹਨਾਂ ਦਾ ਆਨਲਾਈਨ ਐਪਲੀਕੇਸ਼ਨ ਫਿਲ ਕਰਾਉਣਾ, ਉਹ ਫਾਰਮੈਲਿਟੀਜ਼ ਪੂਰੀਆਂ ਕਰਨ ਨਾ ਜੀ, ਉਹਨਾਂ ਦੀਆਂ 5000 ਬੰਦੇ ਦੀ ਫਾਰਮੈਲਿਟੀ, ਹਰੇਕ ਦੀ ਡਿਊਟੀ ਲਾ ਦੇਣ ਕਿ ਤੂੰ 5000 ਦਾ ਆਪਣਾ ਜੱਥਾ ਲੈ ਕੇ ਜਾਣਾ, ਕਰ ਫਾਰਮੈਲਿਟੀਜ਼ ਪੂਰੀਆਂ। ਗਵਰਨਮੈਂਟ ਆਫ ਇੰਡੀਆ ਜਾਂ ਜੇ ਸੁਹਿਰਦ ਹੋਵੇ ਤਾਂ ਕਹੇ ਅਸੀਂ ਉਹਨੂੰ ਹੈਲਪ ਕਰਾਂਗੇ, ਲੇਕਿਨ ਹਕੀਕਤ ਇਹ ਹੈ ਕਿ ਵੀ ਇਹਦੇ ਵਿੱਚ ਪਹਿਲਾਂ ਤਾਂ ਨਵਜੋਤ ਸਿੱਧੂ ਦੇ ਹੀ ਦੁਆਲੇ ਹੋਏ ਰਹੇ ਕਿ ਵੀ ਇਹਨੇ ਕਿਉਂ ਕਰਤਾ, ਹੁਣ ਜੇ ਉਹ ਘਰ ਬੈਠ ਗਿਆ ਤਾਂ ਹੁਣ ਇਹ ਬਿਲਕੁਲ ਮਸਲਾ ਹੀ ਠੰਡਾ ਪਾਤਾ ਬਿਲਕੁਲ, ਮਤਲਬ ਸਿਰਫ ਬਿਆਨਬਾਜ਼ੀ ਅਤੇ ਪੋਲੀਟਿਕਸ ਤੋਂ ਇਲਾਵਾ ਇਹਦੇ ਵਿੱਚ ਕੁਛ ਨਹੀਂ ਹੈ। ਹਕੀਕਤ ਇਹ ਹੈ ਕਿ ਨੋਬਡੀ ਇਜ਼ ਸੀਰੀਅਸ, ਜਿਹੜੇ ਬੰਦੇ ਚਾਹੁੰਦੇ ਆ, ਅਸੀਂ ਜ਼ਿਆਦਾ ਤਾਂ ਨਹੀਂ ਹਾਈਪ ਦਿੱਤੀ ਇਸ ਮੁੱਦੇ ਨੂੰ, ਨਹੀਂ ਤੁਸੀਂ ਤਾਂ ਇਕੱਲੇ ਬੰਦੇ ਹੋ ਜਿਨ੍ਹਾਂ ਨੇ ਇਹਨੂੰ ਇਸ਼ੂ ਨੂੰ ਚੱਕਿਆ, ਐਡਾ ਵੱਡਾ ਪੰਜਾਬ ਦਾ ਮੀਡੀਆ, ਐਡਾ ਵੱਡਾ ਇੰਡੀਆ ਦਾ ਮੀਡੀਆ, ਇੰਟਰਨੈਸ਼ਨਲ ਮੀਡੀਆ, 100 ਦਿਨ ਹੋ ਗਏ UNO ਦਾ ਚੀਫ ਉੱਥੇ ਆ ਰਿਹਾ ਮੱਥਾ ਟੇਕਣ ਲਈ 100ਵੇਂ ਦਿਨ ਦੇ ਉਹਦੇ ਵਿੱਚ, ਅਤੇ ਕੋਈ ਮੀਡੀਆ ਨੂੰ ਚੱਕ ਨਹੀਂ ਰਿਹਾ। ਇੱਥੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਵੀ ਸਾਡੀ ਅਪਰੋਚ ਕੀ ਹੈ, ਮਤਲਬ ਅਸੀਂ ਇਸ ਨੂੰ ਖੁਦ ਹੀ ਠੰਡੇ ਬਸਤੇ 'ਚ ਪਾਉਣਾ ਚਾਹੁੰਦੇ ਹਾਂ, ਅਤੇ ਇਹ ਜਿਹੜਾ ਇੱਕ ਇਤਿਹਾਸਿਕ ਕੋਰੀਡੋਰ ਖੁੱਲ੍ਹਿਆ, ਇਸ ਨੂੰ ਪ੍ਰਮੋਟ ਕਰਨਾ ਜਨਰਲ ਪੀਸ ਦੇ ਲਈ ਅਤੇ ਇੱਕ ਹਿਸਟੋਰੀਕਲ ਈਵੈਂਟ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਇਹਦੇ ਯਤਨ ਕਰਨੇ ਚਾਹੀਦੇ ਆ, ਜਿਹੜੇ ਕਿ ਨਹੀਂ ਦਿਖ ਰਹੇ ਸਾਨੂੰ। ਜਾ ਢਿੱਲੋ, ਅਸੀਂ ਜੋ ਡਿਬੇਟ ਕਰਦੇ ਸੀ, ਤੁਸੀਂ ਅਕਸਰ ਉਸ ਡਿਬੇਟ ਵਿੱਚ ਆਉਂਦੇ ਰਹੇ ਹੋ, ਅਸੀਂ ਹਮੇਸ਼ਾ ਗੱਲ ਕਰਦੇ ਸੀ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਭਾਰਤ ਪਾਕਿਸਤਾਨ ਦੇ ਵਿਚਾਲੇ ਸ਼ਾਂਤੀ ਸੰਬੰਧ ਸਥਾਪਿਤ ਹੋਣਗੇ, ਤੁਹਾਨੂੰ ਲੱਗਿਆ ਕਿ ਅਸੀਂ ਉਸ ਵੱਲ ਅੱਗੇ ਤੁਰੇ? ਮੇਰਾ ਆਪਣਾ ਖਿਆਲ ਆ, ਆਈ ਵਿਲ ਐਗਜ਼ਾਮਿਨ ਇਟ ਵਾਈਲ ਆਈ ਗੋ ਹੋਮ, ਵੀ ਜਿਹੜਾ ਕੋਰੀਡੋਰ ਆ ਉਹਦੀ ਡਿਫਰੈਂਟ ਕਿਸਮ ਦੀ ਸਿਚੁਏਸ਼ਨ ਹੋਣੀ ਚਾਹੀਦੀ ਆ, ਦੈਨ ਮਤਲਬ ਗੈਟਿੰਗ ਏ ਪ੍ਰੋਪਰ ਵੀਜ਼ਾ ਜਿਹੜਾ ਕਿ ਦੂਸਰੇ ਪਾਸਿਓਂ ਲਿਆ ਜਾਂਦਾ, ਦੂਸਰੇ ਜਿਹੜੇ ਪੈਸੇਜਿਸ ਹੈਗੇ ਆ। ਕੋਰੀਡੋਰ ਦਾ ਮੇਰੇ ਆਪਣੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਦੀ ਉਹਦੀ ਡੈਫੀਨੇਸ਼ਨ ਆ ਜਾਂ ਉਸਨੂੰ ਤੁਸੀਂ ਡਿਫਾਈਨ ਕਰਦੇ ਹੋ, ਉਹਦੇ 'ਤੇ ਇਸ ਕਿਸਮ ਦੀਆਂ ਪਾਸਪੋਰਟ ਦੀਆਂ ਫਾਰਮੈਲਿਟੀਜ਼ ਜਾਂ ਵੀਜ਼ਾ ਦੀਆਂ ਫਾਰਮੈਲਿਟੀਜ਼ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਤਾਂ ਫਿਰ ਕੋਰੀਡੋਰ ਉਹਨੂੰ ਕਹਿਣ ਦਾ ਪਰਪਜ਼ ਹੀ ਨਹੀਂ ਹੈ। ਉਹਦਾ ਪਰਪਜ਼ ਕੋਰੀਡੋਰ ਕਹਿਣ ਦਾ ਹੈ ਫਰੀ ਐਕਸੈਸ ਟੂ ਦੈਟ ਪਲੇਸ ਵਿਦ ਅ ਵੈਰੀ ਸਮਾਲ ਐਂਡ ਲਿਟਲ ਫਾਰਮੈਲਿਟੀਜ਼, ਇਨਸਿਗਨੀਫਿਕੈਂਟ ਫਾਰਮੈਲਿਟੀਜ਼। ਤੁਸੀਂ ਆਪਣੀ ਆਈਡੈਂਟੀ ਦਿਖਾ ਤੀ, ਹੁਣ ਮੈਂ ਤੁਹਾਨੂੰ ਸਿੰਗਾਪੁਰ ਦੀ ਇਗਜ਼ਾਮਪਲ ਦਿੰਦਾ, ਜੇ ਤੁਹਾਡੀ ਕਨੈਕਟਿੰਗ ਫਲਾਈਟ ਸਿੰਗਾਪੁਰ ਦੇ ਏਅਰਪੋਰਟ 'ਤੇ 8-10 ਘੰਟੇ ਦੀ ਹੋਵੇ, ਪਾਸਪੋਰਟ ਰੱਖੋ, ਤੁਹਾਨੂੰ ਫਰੀ ਸੈਰ ਕਰਾ ਦਿੰਦੇ ਜਦੋਂ ਹਾਲਟ ਹੁੰਦਾ ਉੱਥੇ, ਠੀਕ ਹੈ, ਜਦੋਂ ਹਾਲਟ ਹੁੰਦਾ ਉਹ ਆ ਕੇ ਤੁਸੀਂ ਆਪਣਾ ਜਿਹੜਾ ਪਾਸਪੋਰਟ ਉਹ ਕਲੈਕਟ ਕਰ ਲਓ, ਰੌਲਾ ਰੱਪਾ ਹੀ ਨਹੀਂ ਕਿਸੇ ਕਿਸਮ ਦਾ, ਕੋਈ ਵੀਜ਼ੇ ਦੀ ਜ਼ਰੂਰਤ ਨਹੀਂ, ਕਿਸੇ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਮੇਰਾ ਆਪਣਾ ਅੰਦਾਜ਼ਾ ਹੈਗਾ, ਆਈ ਵਿਲ ਚੈੱਕ ਇਟ ਵੈਲ ਆਈ ਗੋ ਹੋਮ, ਵੀ ਕੋਰੀਡੋਰ ਦੀ ਜਿਹੜੀ ਡੈਫੀਨੇਸ਼ਨ ਆ ਉਹ ਡਿਫਰੈਂਟ ਹੈਗੀ ਆ, ਉਹ ਡੈਫੀਨੇਸ਼ਨ ਅਪਲਾਈ ਨਹੀਂ ਕੀਤੀ ਜਾਂਦੀ, ਬਿਕੋਜ਼ ਦੇਰ ਇਜ਼ ਅ ਡੀਪ ਰੂਟਡ ਪ੍ਰੈਜੁਡਿਸ ਅਗੇਂਸਟ ਦੀ ਸਿੱਖ ਕਮਿਊਨਿਟੀ ਆਲ ਓਵਰ ਇਨ ਦੀ ਐਸਟੈਬਲਿਸ਼ਮੈਂਟ ਆਫ ਦਿਸ ਕੰਟਰੀ। ਉਹ ਇਸ ਕਰਕੇ ਇਸ ਨੂੰ ਬਹੁਤਾ ਡਿਸਕਰੇਜ ਕਰਨਾ ਚਾਹੁੰਦੇ ਆ, ਉਹ ਇਸ ਨੂੰ ਮਤਲਬ ਪ੍ਰੋਪਰ ਪਰਸਪੈਕਟਿਵ ਦੇ ਵਿੱਚ ਨਹੀਂ ਇੰਟਰੋਡਿਊਸ ਕਰਨਾ ਚਾਹੁੰਦੇ, ਮੇਰਾ ਆਪਣੀ ਫੀਲਿੰਗ ਆ, ਮੇ ਬੀ ਆਈ ਐਮ ਰੋਂਗ।
ਮੰਗੜ ਸਾਹਿਬ ਤੁਹਾਨੂੰ ਇਉਂ ਲੱਗਦਾ ਡਾਕਟਰ ਲੋਜੋ ਕਹਿ ਰਿਹਾ? ਦੇਖੋ ਕੇਪੀ ਜੀ, ਮੈਂ ਟੂ ਬੀ ਵੈਰੀ ਓਨੈਸਟ, ਮੈਂ ਇਸ ਚੀਜ਼ ਮਤਲਬ ਮੈਂ ਇਸ ਇਹਨਾਂ ਦੀ ਗੱਲ ਨਾਲ ਜ਼ਿਆਦਾ ਇਤਫਾਕ ਨਹੀਂ ਰੱਖਦਾ ਜਿਹੜੀ ਇਹਨਾਂ ਦੀ ਲਾਸਟ ਸਟੇਟਮੈਂਟ ਹੈ, ਪਰ ਜਿਹੜੀ ਇਹਨਾਂ ਦੀ ਪਹਿਲੀ ਸਟੇਟਮੈਂਟ ਹੈ ਉਹ ਮੈਂ ਵੀ ਸੋਚਦਾ ਹਾਂ, ਸਾਡੀ ਪਾਰਟੀ ਦਾ ਵੀ ਇਹ ਸਟੈਂਡ ਹੈ ਕਿ ਜਿਹੜੀਆਂ ਜਿੰਨੀਆਂ ਘੱਟ ਫਾਰਮੈਲਿਟੀਜ਼ ਹੋਣ ਉਹ ਰੱਖਿਆ ਜਾਣ। ਬਾਕੀ ਮੈਂ ਚਾਹੁੰਦਾ ਨਹੀਂ ਤੁਸੀਂ ਲਾਸਟ ਸਟੇਟਮੈਂਟ ਇਤਫਾਕ ਰੱਖੋ। ਹਾਂਜੀ, ਤੁਸੀਂ ਆਪਦੇ ਵੱਲੋਂ ਅਵੇਅਰਨੈਸ ਕ੍ਰੀਏਟ ਕਰਨੀ ਸ਼ੁਰੂ ਕਰ ਦਿਓ ਨਾ। ਬਿਲਕੁਲ ਬਿਲਕੁਲ, ਆਪਦੇ ਵੱਲੋਂ ਤਾਂ ਆਪਦੇ ਵੱਲੋਂ ਕੀ ਕੀਤਾ ਤੁਸੀਂ? ਇੱਕ ਚੀਜ਼ ਗਿਣਾ ਸਕਦੇ ਹੋ ਤੁਸੀਂ, ਮੈਨੂੰ ਕੀ ਕੀਤਾ ਤੁਸੀਂ? ਦੇਖੋ ਕੇਪੀ ਜੀ, ਇੱਦਾਂ ਆ ਵੀ ਸੁਖੀ ਰੰਧਾਵਾ ਜੀ ਨੇ ਆਲਰੇਡੀ ਕਹਿਤਾ ਹੈ ਵੀ ਅਸੀਂ ਸੀ ਐੱਮ ਸਾਹਿਬ ਦੇ ਨਾਲ ਗੱਲ ਕਰ ਰਹੇ ਹਾਂ ਅਤੇ ਮੋਦੀ ਸਾਹਿਬ ਦੇ ਕੋਲ। ਸਰ ਮੈਂ ਅਵੇਅਰਨੈਸ ਦੀ ਗੱਲ ਕਰਦਾ ਪਿਆ, ਉਹ ਤਾਂ ਤੁਸੀਂ ਜਾਓਗੇ, ਪਾਸਪੋਰਟ ਦੀ ਗੱਲ ਪਹਿਲਾਂ ਵੀ ਹੋ ਚੁੱਕੀ ਹੈ, ਪਹਿਲਾਂ ਵੀ ਵਕਤ ਮਿਲ ਚੁੱਕਿਆ ਕੇਪੀ ਜੀ, ਸਾਰੇ ਵਕਤ ਮਿਲ ਚੁੱਕੇ ਆ, ਨਵੀਂ ਗੱਲ ਤਾਂ ਹੈ ਨਹੀਂ ਕੋਈ। ਦੇਖੋ ਇੱਦਾਂ ਆ ਜੀ, ਗਵਰਨਮੈਂਟ ਨੇ ਰੋਡਵੇਜ਼ ਦੇ ਕੁਛ ਰੂਟ ਲਾਏ ਉੱਥੇ ਲਈ ਜੀ, ਲੋਕਾਂ ਨੂੰ ਫਰੀ ਲੈ ਕੇ ਜਾਣ ਲਈ, ਮਤਲਬ ਪੰਜਾਬ ਗਵਰਨਮੈਂਟ ਨੇ ਉਹਦਾ ਜਿਹੜਾ ਵੀ ਐਕਸਪੈਂਸ ਹੈ ਉਹ ਮਤਲਬ ਗਵਰਨਮੈਂਟ ਨੇ ਬੇਅਰ ਕੀਤਾ ਨਾ ਜੀ ਆਪਦੇ ਉਹਦੇ ਵਿੱਚੋਂ। ਸੋ ਇੱਦਾਂ ਦੀ ਗੱਲ ਨਹੀਂ ਹੈਗੀ। ਮੈਂ ਇਹ ਮਤਲਬ ਤੁਹਾਡੇ ਰਾਹੀਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਹ ਮੈਂ ਸੋਚਦਾ ਵੀ ਸਾਡੀ ਮੇਰੀ ਜੀਵਨ ਕਾਲਨੀ ਦੇ ਵਿੱਚ ਇਹ ਇੱਕ ਬਹੁਤ ਵੱਡੀ ਸਾਡੇ ਕੌਮ ਦੀ ਅਚੀਵਮੈਂਟ ਹੈ ਅਤੇ ਇਹਦਾ ਮੈਕਸੀਮਮ ਸਾਨੂੰ ਕਲੀਅਰ ਕਰਨੇ ਚਾਹੀਦੇ। ਲਾਂਘੇ ਦੇ ਲਈ ਸੁਹਿਰਦ ਤੁਹਾਨੂੰ ਕੌਣ ਨਹੀਂ ਨਜ਼ਰ ਆ ਰਿਹਾ, ਕੇਂਦਰ ਸਰਕਾਰ ਜਾਂ ਸੂਬਾ ਸਰਕਾਰ? ਕੇਪੀ ਜੀ, ਇਹਦੇ 'ਚ ਤਿੰਨ ਗੱਲਾਂ ਨੇ। ਪਹਿਲੀ ਗੱਲ ਤਾਂ ਜਿੱਦਾਂ ਹੁਣੀ ਕਾਂਗਰਸ ਦੇ ਪ੍ਰਵਕਤਾ ਮਾਂਗੜ ਸਾਹਿਬ ਨੇ ਇਹ ਗੱਲ ਕਹੀ ਹੈ, ਮੈਂ ਦੱਸ ਦਿਆਂ ਕਿ ਅਗਰ ਇਹਦੇ ਲਈ ਕਿਸੇ ਦੇ ਸੈਂਟਰ ਖੋਲ੍ਹੇ ਹੋਏ ਹੈਗੇ ਨੇ, ਹੈਲਪ ਸੈਂਟਰ ਹੈਲਪ ਡੈਸਕ ਨੇ, ਤਾਂ ਇਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਪੰਜਾਬ ਸਰਕਾਰ ਦਾ ਇੱਕ ਵੀ ਹੈਲਪ ਡੈਸਕ ਨਹੀਂ ਹੈਗਾ ਇਸ ਇਸ਼ੂ ਦੇ ਉੱਤੇ। ਦੂਜੀ ਗੱਲ ਜਿਹੜੀ ਇਹ ਫਰੀ ਬੱਸ ਸੇਵਾ ਦੀ ਗੱਲ ਕਰਦੇ, ਉਹ 550 ਸਾਲਾਂ ਦੇ ਪ੍ਰੋਗਰਾਮਾਂ ਦੇ ਦੌਰਾਨ ਸੀ, ਅੱਜ ਕੋਈ ਫਰੀ ਬੱਸ ਸੇਵਾ ਨਹੀਂ, ਇਹ ਦੱਸ ਦੇਣ ਕਿ ਜੇ ਕੋਈ ਫਰੀ ਬੱਸ ਸੇਵਾ ਅੱਜ ਵੀ ਚੱਲ ਰਹੀ ਹੈ। ਤੀਜੀ ਗੱਲ, ਜਿਹੜਾ ਇਹ ਕੋਰੀਡੋਰ ਹੈ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਪਾਕਿਸਤਾਨ ਨੇ ਖੋਲ੍ਹਿਆ, ਅਸੀਂ ਪਾਕਿਸਤਾਨ ਦੇ ਵਿੱਚ ਜਾਣਾ, ਔਰ ਜਿਹੜੀਆਂ ਸ਼ਰਤਾਂ ਨੇ, ਚਾਹੇ ਉਹ ਫਿਰ ਪਾਸਪੋਰਟ ਦੀ ਹੈ ਚਾਹੇ ਫੀਸ ਦੀ ਹੈ, ਪਾਕਿਸਤਾਨ ਦੀਆਂ ਸ਼ਰਤਾਂ ਨੇ ਇਹ। ਸਾਨੂੰ ਭਾਰਤ ਸਰਕਾਰ ਨੇ ਵੀ ਇਹਦੇ 'ਤੇ ਬਹੁਤ ਜ਼ਿਆਦਾ ਵਰਕ ਕੀਤਾ ਹੈਗਾ, ਸ਼੍ਰੋਮਣੀ ਅਕਾਲੀ ਦਲ ਨੇ ਪਰਸਨਲੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਜ਼ੋਰ ਲਗਾਇਆ, ਪਰ ਪਾਕਿਸਤਾਨ ਕੁਛ ਸ਼ਰਤਾਂ ਨੂੰ ਵੇਵ ਆਫ ਕਰਨ ਲਈ ਤਿਆਰ ਨਹੀਂ ਹੈ। ਤੁਹਾਨੂੰ ਕਿਸੇ ਨੂੰ ਪਤਾ ਕਿ ਅਗਲੀ ਮੀਟਿੰਗ ਕਦੋਂ ਹੋਣੀ ਹੈ ਇਹਨਾਂ ਮੁੱਦਿਆਂ 'ਤੇ? ਇਹਨਾਂ ਮੁੱਦਿਆਂ 'ਤੇ ਦੋਨੋਂ ਦੇਸ਼ਾਂ ਦੀ ਅਗਲੀ ਕਿਹੜੀ ਮੀਟਿੰਗ ਹੈਗੀ ਹੈ ਉਹਦੇ ਬਾਰੇ ਮੈਂ ਐਜ਼ ਆਫ ਮੈਨੂੰ ਕੋਈ ਇਸ ਟਾਈਮ ਨੌਲੇਜ, ਮੈਂ ਗਲਤ ਬਿਆਨੀ ਨਹੀਂ ਕਰੂੰਗਾ, ਪਰ ਮੈਂ ਫਿਰ ਦੁਬਾਰਾ ਇਹ ਗੱਲ ਕਹਿ ਦਿਆਂ ਕਿ ਪਾਕਿਸਤਾਨ ਸਰਕਾਰ ਦੀਆਂ ਸ਼ਰਤਾਂ ਨੇ, ਔਰ ਜਿਹੜੀ ਹੁਣ ਤੁਹਾਨੂੰ ਇਹ ਪਤਾ ਵੈਬਸਾਈਟ 'ਤੇ ਦੱਸਿਆ ਜਾਂਦਾ ਕਿ ਕਿੰਨੀਆਂ ਐਪਲੀਕੇਸ਼ਨ ਜਾਂ ਕਿੰਨੇ ਲੋਕ ਵਿਜ਼ਿਟ ਕਰ ਰਹੇ ਵੈਬਸਾਈਟ 'ਤੇ, ਇਹ ਕਿਸੇ ਕੋਲ ਅੰਕੜਾ ਹੈ? ਇਹ ਅੰਕੜਾ ਪਬਲਿਕ ਅੰਕੜਾ ਨਹੀਂ ਹੈਗਾ। ਅਮਰਿੰਦਰ ਸਿੰਘ ਜੀ, ਫਿਰ ਇੱਥੋਂ ਇਉਂ ਲੱਗਦਾ ਕਿ ਸਾਨੂੰ ਤਾਂ ਇਹ ਪਤਾ ਹੀ ਨਹੀਂ ਹੈਗਾ ਵੀ ਕਿੰਨੇ ਲੋਕ ਜਾਣਾ ਚਾਹੁੰਦੇ, ਸਾਨੂੰ ਇਹ ਪਤਾ ਵੀ ਕਿੰਨੇ ਜਾ ਆਏ, ਉਹ ਗਿਣਤੀ ਚੱਲਦੀ ਵੀ ਤੁਹਾਡੇ ਸਾਹਮਣੇ, ਕਿੰਨੇ ਲੋਕ ਜਾਣਾ ਚਾਹੁੰਦੇ ਇਹ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ। ਪਤਾ ਹੀ ਨਹੀਂ ਕਿ ਕਿੰਨਿਆਂ ਨੇ ਉੱਥੇ ਵੈਬਸਾਈਟ ਨੂੰ ਵਿਜ਼ਿਟ ਕੀਤਾ, ਕਿੰਨੇ ਜਾਣਨਾ ਚਾਹਿਆ, ਬਿਲਕੁਲ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਉਂਦੀ, ਇਨਫੋਰਮੇਸ਼ਨ ਨਹੀਂ ਹੈ। ਲੇਕਿਨ ਜਿਹੜੀ ਦੇਖੋ ਜਿਹੜੀ ਢਿੱਲੋਂ ਸਾਹਿਬ ਨੇ ਗੱਲ ਕੀਤੀ ਹੈ ਕਿ ਵੀ ਹੋਸਟੈਲਿਟੀ ਹੈਗੀ ਹੈ ਐਸਟੈਬਲਿਸ਼ਮੈਂਟ ਦੇ ਵਿੱਚ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਜੇ ਕੋਈ ਯਾਤਰੂ ਮੰਨ ਲਓ 200 ਵੀ ਜਾ ਰਿਹਾ, ਉਹ ਕੋਈ ਅਖਬਾਰਾਂ 'ਚ ਖਬਰਾਂ ਆ ਰਹੀਆਂ ਕੋਈ ਲੰਗਰ ਲਈ ਸਮਾਨ ਲੈ ਕੇ ਜਾ ਰਿਹਾ, ਉਹ 10 ਕਿਲੋ ਸਬਜ਼ੀ ਲੈ ਗਿਆ, ਉਹਨੂੰ ਰੋਕ ਰਹੇ ਹਾਂ ਕਿ ਸਬਜ਼ੀ ਨਹੀਂ ਲੈ ਕੇ ਜਾਏਗਾ, ਕੋਈ ਆਲੂ ਨਹੀਂ ਲੈ ਕੇ ਜਾਏਗਾ, ਕੋਈ ਸ਼ਰਧਾ ਦੇ ਨਾਲ ਕੋਈ ਲੰਗਰ 'ਚ ਕੁਛ ਪਾਉਣਾ ਚਾਹੁੰਦਾ ਉਹਨੂੰ ਰੋਕਿਆ ਜਾਂਦਾ, ਉੱਥੋਂ ਕੋਈ ਸਮਾਨ ਖਰੀਦ ਕੇ ਆ ਰਿਹਾ ਉਹਦੇ 'ਤੇ ਰਿਸਟ੍ਰਿਕਸ਼ਨ ਲਾ ਦਿੱਤੀ। ਇਹ ਦਿੱਕਤਾਂ ਸ਼ਰਧਾਲੂਆਂ ਨੇ ਸਾਂਝੀਆਂ ਕੀਤੀਆਂ ਆ ਕੇ, ਈਵਨ ਕਿ ਪ੍ਰਸ਼ਾਦ ਦੀ ਗੱਲ ਵੀ ਉਹਨਾਂ ਨੇ ਸਾਂਝੀ ਕੀਤੀ ਹੈ, ਇਸੇ ਵੀ ਹਰਡਲਸ ਹੈਗੀਆਂ। ਸੋ ਇਹ ਮਤਲਬ ਉਸ ਨੂੰ ਅਜੇ ਫਰੀ ਅਸੈਸ ਨਹੀਂ ਹੈ ਉਸ ਚੀਜ਼ ਨੂੰ, ਉਹਦੇ 'ਤੇ ਬਹੁਤ ਹੈਵੀਲੀ ਮਤਲਬ ਉਸ ਨੂੰ ਪੂਰੇ ਜ਼ੋਰ ਨਾਲ ਉਹਨੂੰ ਰੋਕਿਆ ਜਾ ਰਿਹਾ। ਮੈਂ ਇੱਕ ਸਵਾਲ ਦਾ ਤੁਹਾਡਾ ਜਵਾਬ ਤੁਹਾਡੇ ਤੋਂ ਲੈਣਾ ਚਾਹੁੰਦਾ। ਹਾਂਜੀ, ਉੱਧਰ ਜਿੱਥੇ ਜਾਂਦੇ ਆ ਲਗਾਤਾਰ ਜਾ ਰਹੇ ਆ, ਕਿੰਨੇ ਸਾਲਾਂ ਤੋਂ ਜਾ ਰਹੇ ਆ, ਸਵਾਲ ਇਹ ਹੈਗਾ ਜਥੇਦਾਰ ਸਾਹਿਬ ਵੀ ਜਾਂਦੇ ਆ, ਜਥੇਦਾਰ ਸਾਹਿਬ ਜਾ ਕੇ ਉੱਥੇ ਇਹ ਗੱਲ ਕਰ ਸਕਦੇ ਆ, ਉਸ ਤੋਂ ਬਾਅਦ ਇੱਥੇ ਆ ਕੇ ਇਹ ਗੱਲ ਕਰ ਸਕਦੇ? ਜਥੇਦਾਰ ਸਾਹਿਬ ਇੱਕ ਜ਼ਰੀਆ ਬਣ ਸਕਦੇ ਆ ਨਹੀਂ ਬਣ ਸਕਦੇ? ਆਫ ਕੋਰਸ, ਜਾਂ ਜਥੇਬੰਦੀਆਂ ਜ਼ਰੇ ਬਣ ਸਕਦੇ? ਜਥੇਦਾਰ ਸਾਹਿਬ ਆਲਰੇਡੀ ਮੇਰਾ ਖਿਆਲ ਅੱਜ ਹੀ ਆ। ਹਾਂਜੀ ਹਾਂਜੀ, ਬਿਲਕੁਲ ਠੀਕ ਆ। ਇੱਕ ਗੱਲ ਮੈਂ ਜ਼ਰੂਰ, ਮੈਂ ਆਪ ਡੇਰਾ ਬਾਬਾ ਨਾਨਕ ਸਾਹਿਬ ਗਿਆ ਸੀਗਾ, ਉੱਥੇ ਸੈਮੀਨਾਰ ਸੀ, ਇੱਕ ਬ੍ਰਿਟਿਸ਼ ਕੌਂਸਲ ਵਾਲਿਆਂ ਨੇ ਕੀਤਾ ਸੀਗਾ, ਜਦੋਂ ਓਪਨ ਹੋਣਾ ਸੀ ਉਸੇ ਦਿਨ ਦੀ ਗੱਲ। ਮੈਂ ਪਹਿਲੀ ਵਾਰ ਆਪਣੀ ਲਾਈਫ 'ਚ ਉੱਥੇ ਗਿਆ ਡੇਰਾ ਬਾਬਾ ਨਾਨਕ। ਸੜਕ ਉੱਥੇ ਦੀ ਜਿਹੜੀ ਉੱਥੇ ਤੱਕ ਸੜਕ ਸੀ ਨਾ, ਮੇਨ ਰੋਡ ਤੋਂ GT ਰੋਡ ਤੋਂ, ਇਤਨੀ ਸ਼ੈਬੀ, ਇਤਨੀ ਨੈਰੋ, ਮਤਲਬ ਮੈਂ ਤਾਂ ਰੱਬ ਦਾ ਨਾਂ ਲੈਂਦਾ ਹੀ ਗਿਆ ਵੀ ਸੁੱਖ ਸਾਂਦ ਨਾਲ ਉੱਥੇ ਪਹੁੰਚ ਜਾਈਏ, ਸੁੱਖ ਸਾਂਦ ਨਾਲ ਆਪਣੇ ਘਰ ਵਾਪਸ ਆ ਜਾਈਏ। ਬਹੁਤ ਘਟੀਆ ਕਿਸਮ ਦੀ ਸੜਕ ਆ, ਸਿੰਗਲ ਰੋਡ ਹੈਗੀ ਆ, ਔਰ ਲਾਂਘੇ ਵਾਲੀ ਸੜਕ ਹੁਣ ਤਾਂ ਠੀਕ ਹੈ। ਨਹੀਂ, ਲਾਂਘੇ ਵਾਲੀ ਮੈਂ ਜਿਹੜਾ ਕਹਿ ਰਿਹਾ, ਜਦੋਂ ਆਪਾਂ ਜਾ ਰਹੇ ਹਾਂ GT ਰੋਡ ਤੋਂ ਡਿਸਕਨੈਕਟ ਹੁੰਦੇ ਨੇ ਟੂਵਰਡਸ ਡੇਰਾ ਬਾਬਾ ਨਾਨਕ, ਉਹ ਜਿਹੜੀ ਸੜਕ ਆ ਉਹ ਮੇਰਾ ਖਿਆਲ 50-60 ਕਿਲੋਮੀਟਰ ਦੀ ਆ, ਆਈ ਐਮ ਨੋਟ ਸ਼ੋਰ ਅਬਾਊਟ ਦੈਟ, ਡਰਾਈਵਰ ਨੂੰ ਪਤਾ ਹੁੰਦਾ। ਉਹ ਸਾਰੀ ਦੀ ਸਾਰੀ ਸੜਕ ਆ ਜਿਹੜੀ, ਮਤਲਬ ਇੰਨੀ ਨੈਰੋ ਸੀ ਔਰ ਇੰਨੀ ਉਹ ਬੰਪੀ ਸੀ,
ਜਿਹਦੇ ਵਿੱਚ ਬੜੇ ਬੜੇ ਮਤਲਬ ਤੁਸੀਂ ਡੇਰਾ ਬਾਬਾ ਨਾਨਕ ਜਾਣ ਦੇ ਰਸਤੇ ਦੀ ਗੱਲ ਕਰ ਰਹੇ ਸੀ, ਲੰਘ ਤੱਕ ਡੇਰਾ ਬਾਬਾ ਨਾਨਕ, ਬਹੁਤ ਇੰਪੋਰਟੈਂਟ ਫੈਕਟਰ ਆ। ਹਾਂ ਬਿਲਕੁਲ ਠੀਕ ਹੈ, ਦੈਟਸ ਅ ਵੈਰੀ ਇੰਪੋਰਟੈਂਟ ਫੈਕਟਰ। ਤੋ ਕੋਈ ਵੀ ਬੰਦਾ ਜਿਹੜਾ ਜ਼ਿੰਮੇਵਾਰ ਆਦਮੀ ਆ ਜਿਹੜਾ ਡਰਦਾ ਐਕਸੀਡੈਂਟਾਂ ਤੋਂ, ਉਹ ਹਮੇਸ਼ਾ ਸ਼ਨ ਕਰੇਗਾ ਉਸ ਕਿਸਮ ਦੀ ਸੜਕ ਤੇ ਜਾਣ ਤੋਂ। ਤੋ ਇਹ ਮੈਂ ਕਹਿੰਦਾ ਉੱਥੇ ਟੋਲ ਲਾ ਲਓ, ਸੜਕ ਤਾਂ ਵਧੀਆ ਬਣਾਓ ਸੋ ਦੈਟ ਦ ਪੀਪਲ ਕੈਨ ਗੋ ਕੰਫਰਟੇਬਲੀ। ਟੋਲ ਦਾ ਤਾਂ ਪਹਿਲੇ ਰੋਲਾ ਪਿਆ ਡਾਕਟਰ, ਹਾਂਜੀ ਟੋਲ ਦਾ ਪਹਿਲੇ ਰੋਲਾ ਪਿਆ ਰਿਹਾ, ਉੱਥੇ ਲਾ ਲਓ ਟੋਲ, ਨੋ ਪੀਪਲ ਵੋਂਟ ਮਾਈਂਡ ਦੈਟ। ਉੱਥੇ ਤੁਸੀਂ 50 ਰੁਪਏ, 30 ਰੁਪਏ, 40 ਰੁਪਏ ਲੈ ਲਓ, ਉਹਦੇ ਨਾਲ ਤੁਸੀਂ ਸੜਕ ਤਾਂ ਪ੍ਰੋਪਰ ਬਣਾਓ ਜਿਹਦੇ ਨਾਲ ਪ੍ਰੋਪਰਲੀ ਬੰਦੇ ਜਾ ਸਕਣ, ਜਿਹਦੇ ਨਾਲ ਟ੍ਰੈਫਿਕ ਦੀ ਮੂਵਮੈਂਟ ਜਿਹੜੀ ਪ੍ਰੋਪਰ ਸੇਫ ਹੋਵੇ। ਤੋ ਇਹ ਇੱਕ ਬਹੁਤ, ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਫੈਕਟਰ ਹੈ ਮੇਰੇ ਹਿਸਾਬ ਦੇ ਵਿੱਚ, ਕਿ ਉੱਥੇ ਦੀ ਜਿਹੜੀ ਸੜਕ ਦੀ ਐਕਸੈਸ ਆ ਉਹ ਸਰਕਾਰ ਨੂੰ ਜ਼ਰੂਰ ਮਤਲਬ ਅਰਲੀਐਸਟ ਪੋਸੀਬਲ ਉਸਨੂੰ ਠੀਕ ਸੁਧਾਰਨਾ ਚਾਹੀਦਾ। ਮੰਗੜ ਸਾਹਿਬ ਦਾ ਸਟੇਟ ਗਵਰਨਮੈਂਟ ਦਾ ਕੰਮ ਹੈ, ਦੇਖੋ ਢਿੱਲੋਂ ਤਾਂ ਆਪ ਜਾ ਕੇ ਆਏ ਉੱਥੇ। ਹਾਂ ਮੈਂ ਬਿਲਕੁਲ, ਦੇਖੋ ਇੱਦਾਂ ਆ ਵੀ ਸਟੇਟ ਦੇ ਵਿੱਚ ਹੋਰ ਵੀ ਬਹੁਤ ਰੋਡਸ ਹੈਗੀ ਹੈ, ਠੀਕ ਹੈ ਜੀ। ਜਿਹੜੀ ਸਾਡੀ ਸਰਕਾਰ ਹੈਗੀ ਆ ਉਹ ਆਪਦੇ ਬਜਟ ਦੇ ਅਨੁਸਾਰ ਜਿਹੜੀ ਜਿਹੜੀ ਮਤਲਬ ਪ੍ਰਾਇਓਰਟੀ ਬੇਸ ਹੋ ਸਕਦੀ ਹੈ ਵੀ ਐਤਕੀ ਦੇ ਬਜਟ ਇਸ ਤੋਂ ਤੁਸੀਂ ਬਚ ਨਹੀਂ ਸਕਦੇ। ਨਹੀਂ ਕੇਪੀ ਜੀ, ਬਚਣਾ, ਇਸ ਸਵਾਲ ਨੂੰ ਐਡਰੈਸ ਕਰਨਾ ਹੀ ਪੈਣਾ। ਨਹੀਂ ਕੇਪੀ ਜੀ, ਦੇਖੋ ਬਚਣਾ ਕਿਉਂ ਹੈ? ਡਾਕਟਰ ਸਾਹਿਬ ਗਏ, ਇਹਨਾਂ ਨੇ ਹਕੀਕਤ ਬਿਆਨ ਦੇ ਤੀ, ਇਹ ਆਪਦੀ ਸੈਲਫ ਵੀ ਦੱਸ ਰਹੇ ਹੈ, ਤੁਸੀਂ ਜਾ ਕੇ ਤੁਸੀਂ ਆਪਦਾ ਪੁਆਇੰਟ ਆਫ ਵਿਊ ਦੱਸਤਾ। ਬਟ ਟਰੱਸਟ ਮੀ, ਇੱਦਾਂ ਆ ਜੀ, ਹਮੇਸ਼ਾ ਇਹ ਟਾਇਰ 1, ਟਾਇਰ 2, ਟਾਇਰ 3 ਇੱਕ ਫਾਰਮੈਟ ਹੁੰਦਾ ਆ, ਠੀਕ ਹੈ। ਉਹਦੇ ਹਿਸਾਬ ਨਾਲ ਜਿਹੜਾ ਰੋਡ ਦੀ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ, ਜਾਂ ਇਕੱਠੇ ਹੋ ਤੁਸੀਂ ਕਿ ਕਰਤਾਰਪੁਰ ਲਾਂਘੇ ਤੇ ਜਾਗਰੂਕਤਾ ਕੀਤੀ ਨਾ ਜਾਵੇ? ਬਿਲਕੁਲ ਬਿਲਕੁਲ, ਇਕੱਠੇ ਇਸ ਗੱਲ 'ਤੇ ਹੋ ਤੁਸੀਂ। ਕੇਪੀ ਜੀ, ਮੇਰੀ ਗੱਲ ਸੁਣੋ ਜੀ, ਮੈਂ ਕੋਈ ਵੀ ਪੋਲੀਟੀਕਲ ਸਟੇਟਮੈਂਟ ਜਾਂ ਕੋਈ ਕਲੇਰ ਸਾਹਿਬ ਨੂੰ ਅਕਾਲੀ ਦਲ ਦੇ ਅਗੇਂਸਟ ਤਾਂ ਨਹੀਂ ਕਹੀ, ਮੈਂ ਤਾਂ ਇਹ ਕਿਹਾ ਵੀ ਰਲ ਮਿਲ ਕੇ ਆਪਾਂ ਨੂੰ ਇਹ ਜਿਹੜਾ ਮਤਲਬ ਸਾਨੂੰ ਓਪਰਚੁਨਿਟੀ ਮਿਲੀ ਹੈ ਉਸ ਗ੍ਰੇਟ ਥਾਂ ਨੂੰ ਵਿਜ਼ਿਟ ਕਰਨ ਦੀ, ਠੀਕ ਹੈ, ਉੱਥੇ ਜਾਣਾ ਚਾਹੀਦਾ। ਮੈਂ ਇੰਨੀ ਇੱਕ ਸਟੇਟਮੈਂਟ ਜ਼ਰੂਰ ਦਿੱਤੀ ਸੀ ਵੀ SGPC ਅਤੇ ਉਹ ਹੈ ਜਿਹੜਾ ਇਹਨਾਂ ਦੇ ਸਵਾਲ ਆਪਣਾ ਉਹਦੇ 'ਤੇ ਕਰ ਲੈਣ, ਲੇਕਿਨ ਜਿੱਥੇ ਤੱਕ ਸਾਡੀ ਸਰਕਾਰ ਦੀ ਜਾਂ ਸਾਡੀ ਪਾਰਟੀ ਦੀ ਇੰਟੈਂਸ਼ਨ ਹੈ ਉਹ ਬੜੀ ਕਲੀਅਰ। ਤੁਸੀਂ ਕੋਈ ਅਵੇਅਰਨੈਸ ਸੈਂਟਰ ਚਲਾ ਰਹੇ ਹੋ? ਮੇਰੇ ਨੋਟਿਸ 'ਚ ਨਹੀਂ ਹੈਗਾ ਜੀ। ਮੈਂ ਚਲੋ ਇੱਕ ਹੋਰ ਛੋਟਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਜਿਹੜੀਆਂ ਸਾਨੂੰ ਪਤਾ ਹੈਗੀਆਂ, ਉਸ ਦੇ ਬਾਵਜੂਦ ਸਾਨੂੰ ਇਹਨਾਂ ਤੋਂ ਪੁੱਛਣਾ ਪੈ ਰਿਹਾ। ਉਹ ਪੁੱਛਣਾ ਇਸ ਕਰਕੇ ਪੈ ਰਿਹਾ ਕਿ ਤੁਹਾਨੂੰ ਇਹਨਾਂ ਦੇ ਮੂੰਹੋਂ ਪਤਾ ਲੱਗਣਾ ਚਾਹੀਦਾ ਇਹ ਕੀ ਚਾਹੁੰਦੇ ਆ, ਇਹ ਕੀ ਕਹਿਣਾ ਚਾਹੁੰਦੇ ਆ, ਇਹਨਾਂ ਨੇ ਹੁਣ ਤੱਕ ਕੀਤਾ ਕੀ ਹੈਗਾ। ਪਰ ਸਵਾਲ ਸਾਡੇ ਬਾਕੀ ਹੈਗੇ, ਅਸੀਂ ਬਾਕੀ ਸਵਾਲ ਪੁੱਛਦੇ ਰਹਾਂਗੇ। ਹੁਣ ਤਾਂ 100 ਦਿਨ ਹੋਏ ਆ, ਕੌਣ ਕਿੰਨਾ ਤੁਰਿਆ? ਜੋ 200 ਹੋਣਗੇ ਉਦੋਂ ਹੀ ਪੁੱਛਾਂਗੇ, ਜੋ 500 ਹੋਣਗੇ ਉਦੋਂ ਹੀ ਪੁੱਛਾਂਗੇ, ਅਤੇ ਸਵਾਲ ਇਹ ਲਗਾਤਾਰ ਜਾਰੀ ਰਹਿਣਗੇ। ਬ੍ਰੇਕ ਤੋਂ ਵਾਪਸ ਆ ਰਿਹਾ। ਸਵਾਲ ਪੁੱਛਣੇ, ਸਵਾਲ ਅਸੀਂ ਇਹ ਪੁੱਛਣੇ, ਕਰਤਾਰਪੁਰ ਲਾਂਘਾ ਖੁੱਲ੍ਹਣਾ ਭਾਰਤ ਪਾਕਿਸਤਾਨ ਦੇ ਸੰਬੰਧਾਂ ਦੀ ਕੌਮਾਂਤਰੀ ਤਸਵੀਰ ਕਿੰਨੀ ਬਦਲੀ? ਅਮਰਿੰਦਰ ਸਿੰਘ ਜੀ, ਅਸੀਂ ਇਸ ਸਵਾਲ 'ਤੇ ਤਾਂ ਆਏ ਨਹੀਂ ਗੇ, ਕੌਮਾਂਤਰੀ ਤਸਵੀਰ ਕਿੰਨੀ ਬਦਲੀ? ਕਿਉਂਕਿ ਬਹੁਤ ਮੁਲਕਾਂ ਨੇ ਇਸਦੀ ਸਿਫਤ ਕੀਤੀ ਹੈ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ। ਹੁਣ UN ਦੇ ਸੈਕਟਰੀ ਜਨਰਲ ਉਹ ਵੀ ਜਾ ਆਏ ਨੇ, ਅਤੇ ਇੰਨੀ ਤਾਰੀਫ ਹੋਣ ਦੇ ਬਾਵਜੂਦ ਸਵਾਲ ਇੱਥੇ ਆ ਕੇ ਰੁਕਿਆ ਪਿਆ ਹੈਗਾ ਕਿ ਦੋਨਾਂ ਮੁਲਕਾਂ ਦੇ ਵਿਚਾਲੇ ਆਪਸੀ ਸੰਬੰਧ, ਉਸ ਦੇ ਨਾਲ ਨਾਲ ਜਿਹੜੇ ਆਪਸੀ ਸਾਂਝ, ਆਪਸੀ ਸਾਂਝ ਦੋਨਾਂ ਮੁਲਕਾਂ ਦੇ ਬਸ਼ਿੰਦਿਆਂ ਦੀ ਹੋਣੀ ਚਾਹੀਦੀ ਸੀ, ਉਹ ਕਿੰਨੀ ਦੇਖਦੀ ਪਈ ਤੁਹਾਨੂੰ? ਦੇਖੋ ਕੇਪੀ ਜੀ, ਜੇ ਆਪਾਂ ਮਤਲਬ ਫੈਕਚੁਅਲ ਗੱਲ ਕਰੀਏ ਤਾਂ ਕੋਈ ਇੰਨੀ ਜ਼ਿਆਦਾ ਇੰਪਰੂਵਮੈਂਟ ਸਿਚੁਏਸ਼ਨ ਦੇ ਵਿੱਚ ਦਿਖ ਨਹੀਂ ਰਹੀ। ਭਾਵੇਂ ਕੋਰੀਡੋਰ ਖੁੱਲ੍ਹ ਗਿਆ, ਉਹਦੇ 'ਤੇ 200 ਬੰਦਾ ਜਾ ਰਿਹਾ, 300 ਜਾ ਰਿਹਾ, ਪਬਲਿਕ ਦੇ ਤਾਂ ਇੰਨੇ ਹੀ ਜਾ ਰਿਹਾ, VIPs ਜਾਂਦੇ ਆ ਉਹਨਾਂ ਦੇ, ਆਪਾਂ ਕੋਈ ਉਹਨੂੰ ਮਤਲਬ ਉਹਨੂੰ ਉਸ ਤੋਂ ਅਸੈਸ ਨਹੀਂ ਕਰਦੇ। ਜਿਹੜੇ ਡੇਰਾ ਬਾਬਾ ਨਾਨਕ ਉੱਥੇ ਲੋਕਲ ਲੋਕ ਬੈਠੇ ਆ, ਜਿਨ੍ਹਾਂ ਨੇ ਰੈਸਟੋਰੈਂਟ, ਜਿਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ, ਜਾਂ ਉੱਧਰ ਜੋ ਉਹਨਾਂ ਨੇ ਆਪਦਾ ਇੰਫਰਾਸਟ੍ਰਕਚਰ ਤਿਆਰ ਕੀਤਾ ਹੈਗਾ, ਉਹ ਵੀ ਕਹਿ ਰਿਹਾ ਕਿ ਸਾਨੂੰ ਉਹ ਬੈਨੀਫਿਟ ਨਹੀਂ ਮਿਲ ਪਾ ਰਹੇ। ਇੱਧਰਲੇ ਲੋਕ ਆ, ਡੇਰਾ ਬਾਬਾ ਨਾਨਕ ਬਾਰੇ ਸਵਾਲ ਮੈਂ ਸੁਖਜਿੰਦਰ ਰੰਧਾਵਾ ਨੂੰ ਵੀ ਕੀਤਾ, ਉਹ ਉੱਥੋਂ ਦੇ MLA ਵੀ ਹੈਗੇ, ਉਹ ਕਹਿੰਦੇ ਸਾਨੂੰ ਵੀ ਉਹਨਾਂ ਲਾਹਾ ਨਹੀਂ ਮਿਲਿਆ ਜੋ ਅਸੀਂ ਸੋਚਦੇ ਸੀਗੇ। ਬਿਲਕੁਲ, ਇਹਦੀ ਵਜ੍ਹਾ ਕੀ ਮੰਨਦੇ ਹੋ? ਉਹਦੇ 'ਚ ਕਨੈਕਟੀਵਿਟੀ ਨਹੀਂ ਹੋਈ ਐਕਚੁਅਲੀ। ਜਦੋਂ ਤੱਕ ਪਬਲਿਕ ਉੱਥੇ ਨਹੀਂ ਜਾਏਗੀ ਤਾਂ ਕਿਵੇਂ ਲੋਕ ਸਪੈਂਡ ਕਰਨਗੇ? ਜਾ ਕੇ ਉੱਥੇ ਮੱਥਾ ਟੇਕਣ ਵੀ ਜਾਣਾ ਤਾਂ ਕੁਛ ਨਾ ਕੁਛ ਤਾਂ ਕਰੇਗਾ ਉਹ। ਇੱਕ ਮਤਲਬ ਜੇ ਆਪਾਂ ਨੂੰ ਰਿਲੀਜੀਅਸ ਐਂਗਲ ਤੋਂ ਨਾ ਵੀ ਦੇਖੀਏ, ਖਾਲੀ ਇੱਕ ਟੂਰਿਜ਼ਮ ਐਂਗਲ ਤੋਂ ਵੀ ਦੇਖ ਲਈਏ, ਤਾਂ ਵੀ ਬਿਨਾਂ ਪਬਲਿਕ ਤੋਂ ਤਾਂ ਕੋਈ ਗੱਲ ਬਣੇਗੀ ਨਹੀਂ। ਸੋ ਇਹਦੇ ਲਈ ਪੰਜਾਬ ਗਵਰਨਮੈਂਟ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਵੀ ਰੋਡ ਇਨਫਰਾਸਟ੍ਰਕਚਰ ਹੈ ਉਹਨੂੰ ਬਿਲਡ ਅਪ ਕਰਨਾ ਪਏਗਾ। ਜਿੱਥੇ SGPC ਦੀ ਗੱਲ ਹੈ, SGPC ਨੂੰ ਮੈਂ ਬੇਨਤੀ ਕਰਾਂਗਾ ਕਿ ਉੱਥੇ ਘੱਟੋ ਘੱਟ 100 ਕਮਰਿਆਂ ਦੀ ਸਰਾਂ ਬਣਾ ਦੇਣ, ਕਿਉਂਕਿ ਜਾਣਾ ਬੰਦੇ ਨੇ ਉੱਥੇ ਸਵੇਰੇ ਤੜਕੇ ਹੁੰਦਾ, ਤੜਕੇ ਜਾਣਾ 4 ਵਜੇ ਜੇ ਬੰਨੇ ਜਾਣਾ ਮੱਥਾ ਟੇਕਣ ਲਈ, ਤਾਂ ਉਹ ਚੰਡੀਗੜ੍ਹ ਤੋਂ ਚੱਲ ਕੇ ਤਾਂ 4 ਵਜੇ ਪਹੁੰਚਣ ਤੋਂ ਰਿਹਾ, ਉਹਨੂੰ ਰਾਤ ਉੱਥੇ ਰੁਕਣਾ ਪਏਗਾ, ਅਤੇ ਸ਼ਾਮੀ ਉਹ ਮੁੜ ਕੇ ਆਏਗਾ 4 ਵਜੇ, ਅਤੇ ਹਨੇਰਾ ਪਏ ਤਾਂ ਫਿਰ ਉਹ ਚੰਡੀਗੜ੍ਹ ਨਹੀਂ ਆ ਸਕਦਾ। ਸੋ ਉਹ ਬੰਦੇ ਲਈ ਮਤਲਬ ਉੱਥੇ ਰਾਤ ਠਹਿਰਨ ਦਾ ਇੰਤਜ਼ਾਮ ਹੋਣਾ ਚਾਹੀਦਾ, ਅਤੇ ਜਿਹੜੀ ਸੰਗਤ ਨੇ ਜਾਣਾ, ਜਿਹੜੀ ਨੇ ਉੱਥੋਂ ਮੁੜ ਕੇ ਆਉਣਾ, ਉਹ ਮਤਲਬ ਪ੍ਰੋਪਰ ਅਰੇਂਜਮੈਂਟ ਇੱਕ ਗਵਰਨਮੈਂਟ ਨਹੀਂ ਕਰਦੀ, ਤਾਂ SGPC ਇੱਕ ਸਰਾਂ ਤਾਂ ਬਣਾ ਦੇਵੇ ਘੱਟੋ ਘੱਟ, ਗਵਰਨਮੈਂਟ ਦੇ ਪੱਧਰ 'ਤੇ ਉਹਨਾਂ ਨੂੰ ਰੋਡਸ ਬਣਾਉਣੀਆਂ ਚਾਹੀਦੀਆਂ, ਉੱਥੇ ਪ੍ਰੋਪਰ ਬੱਸ ਸਟੈਂਡ ਹੋਵੇ, ਰੇਲਵੇ ਨੂੰ ਅਪਰੋਚ ਕਰਨ ਕੇ ਇੱਕ ਅੱਧੀ ਟ੍ਰੇਨ ਉੱਥੇ ਲਾ ਦਿੱਤੀ ਜਾਵੇ ਡੇਰਾ ਬਾਬਾ ਨਾਨਕ ਲਈ। ਸੋ ਇਸ ਤਰੀਕੇ ਦਾ ਇਨਫਰਾਸਟ੍ਰਕਚਰ ਸੁਹਿਰਦਤਾ ਦੇ ਨਾਲ ਡਿਵੈਲਪ
ਤੁਸੀਂ ਇਹ ਸੁਨੇਹਾ ਤਾਂ ਲਾ ਸਕਦੇ ਹੋ SGPC ਨੂੰ ਕਿ ਨਹੀਂ? ਨਹੀਂ ਬਿਲਕੁਲ, ਮੈਂ ਅਮਰਿੰਦਰ ਸਿੰਘ ਜੀ ਇਹ ਕੋਈ ਪੁਆਇੰਟ ਦੇ ਰਹੇ ਨੇ ਤਾਂ ਮੈਂ ਜ਼ਰੂਰ ਇਹਦੇ 'ਤੇ ਮੈਂ SGPC ਤੱਕ ਪਹੁੰਚਾਵਾਂਗਾ ਵੀ, ਔਰ ਇਹਦੇ 'ਤੇ ਮੈਨੂੰ ਲੱਗਦਾ ਕਿ SGPC ਖੁਦ ਹੀ ਬਹੁਤ ਸੁਹਿਰਦ ਹੋਏਗੀ। ਅਗਰ ਉੱਥੇ ਐਸੀ ਤਰ੍ਹਾਂ ਦੀ ਕੋਈ ਵੀ ਰਿਕੁਆਇਰਮੈਂਟ ਹੈਗੀ ਹੈ ਤਾਂ ਮੈਨੂੰ ਲੱਗਦਾ ਹੁਣ ਤੱਕ ਉਹਦੇ 'ਤੇ ਕੰਮ ਸ਼ੁਰੂ ਹੋ ਵੀ ਗਿਆ ਹੋਣਾ, ਜਾਂ ਅਗਰ ਇਹਨਾਂ ਦੀ ਗੱਲ ਹੈਗੀ ਹੈ ਤਾਂ ਮੈਂ ਜ਼ਰੂਰ ਇਸ ਟੋਪਿਕ 'ਤੇ ਗੱਲ ਕਰਾਂਗਾ। ਪਰ ਦੂਜੀ ਗੱਲ ਜੇ ਤੁਸੀਂ ਸੈਂਟਰ ਅੱਗੇ ਵੀ ਮੁੱਦਾ ਚੁੱਕੋ ਨਾ, ਜਿਹੜੀਆਂ ਦਿੱਕਤਾਂ ਆ ਰਹੀਆਂ ਸੰਗਤ ਨੂੰ, ਮੈਂ KP ਜੀ ਮੈਂ ਸੈਂਟਰ ਅੱਗੇ ਮੁੱਦਾ ਵਾਰ ਵਾਰ ਚੁੱਕਿਆ, ਮੈਂ ਫਿਰ ਵੀ ਗੱਲ ਕਹਿ ਰਿਹਾ, ਕੁਛ ਗੱਲਾਂ 'ਤੇ ਪਾਕਿਸਤਾਨ ਬਿਲਕੁਲ ਐਡਾਮੈਂਟ ਹੈ ਕਿਉਂਕਿ ਕੋਰੀਡੋਰ ਉਹਨਾਂ ਦਾ, ਅਸੀਂ ਜਾਣਾ ਉੱਥੇ ਹੈ। ਸੋ ਕਿਤੇ ਨਾ ਕਿਤੇ ਪਾਕਿਸਤਾਨ ਦੀ ਸਰਕਾਰ ਦੀ ਜਿਹੜੀ ਇੱਕ ਐਡਾਮੈਂਸ ਦਾ ਰਵੱਈਆ, ਭਾਰਤ ਸਰਕਾਰ ਉਹਦੇ ਵਿੱਚ ਵੀ ਕੁਛ ਜ਼ਿਆਦਾ ਨਹੀਂ ਕਰ ਪਾ ਰਹੀ ਮੈਨੂੰ ਇਹ ਲੱਗਦਾ। ਦੂਜੀ ਗੱਲ, ਜਿਹੜਾ ਉਰੇ ਦਾ ਇਨਫਰਾਸਟ੍ਰਕਚਰ ਹੈ ਇਹ ਸਾਰਾ ਪੰਜਾਬ ਸਰਕਾਰ ਨੇ ਕਰਨਾ। ਔਰ ਮੈਂ ਤਾਂ ਫਿਰ ਦੁਬਾਰਾ ਕਹੂੰਗਾ ਕਿ ਸੁਖਜਿੰਦਰ ਰੰਧਾਵਾ ਜੀ, ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਉਹਨਾਂ 'ਤੇ ਪੋਲੀਟੀਕਲ, ਮੈਂ ਉਹਨਾਂ 'ਤੇ ਪੋਲੀਟੀਕਲ ਕੋਈ ਬਿਆਨਬਾਜ਼ੀ ਨਹੀਂ ਕਰ ਰਿਹਾ। ਅੱਜ ਮੌਕਾ ਉਹਨਾਂ ਦੇ ਦਿਲ 'ਚ, ਅਗਰ ਗੁਰੂ ਲਈ ਇੰਨੀ ਭਾਵਨਾ, ਜੋ ਉਹਨਾਂ ਦੇ ਖੁਦ ਦੇ ਆਪਣੇ ਡੇਰਾ ਬਾਬਾ ਨਾਨਕ ਕੋਨਸਟੀਟੂਐਂਸੀ 'ਚ ਇਹ ਲਾਂਘਾ ਹੈਗਾ, ਸੋ ਉਹਨਾਂ ਨੂੰ ਤਾਂ ਖੁਦ ਅਮਰਿੰਦਰ ਸਿੰਘ ਜੀ ਕੋਲ ਵਾਰ ਵਾਰ ਇਸ ਇਸ਼ੂ ਨੂੰ ਲੈ ਕੇ ਜਾਣਾ ਚਾਹੀਦਾ, ਰਾਦਰ ਦਾ ਇਹ ਕਹਿਣ ਕਿ ਜੀ ਮੈਂ ਮਿਲੂੰਗਾ ਮੈਂ ਕਹੂੰਗਾ। ਉਹਨਾਂ ਨੂੰ ਤਾਂ ਹਰ ਰੋਜ਼ ਇੱਕ ਗੱਲ ਹੋਣੀ ਚਾਹੀਦੀ ਹੈ ਕਿ ਮੇਰੇ ਹਲਕੇ ਦੇ ਵਿੱਚ ਐਡਾ ਵੱਡਾ ਇੱਕ ਉਪਰਾਲਾ ਹੈਗਾ, ਇਹਦੇ 'ਤੇ ਸਰਕਾਰ ਵਿਸ਼ੇਸ਼ ਧਿਆਨ ਦੇਵੇ, ਜਿਹੜਾ ਕਿ ਮੈਨੂੰ ਬਿਲਕੁਲ ਵੀ ਨਹੀਂ ਲੱਗ ਰਿਹਾ। ਸੈਂਟਰ ਵੱਲੋਂ ਕੋਈ ਅਵੇਅਰਨੈਸ ਪ੍ਰੋਗਰਾਮ ਚਲਾਇਆ ਗਿਆ? ਸਟੇਟ ਗਵਰਨਮੈਂਟ ਨੇ ਤਾਂ ਨਹੀਂ ਚਲਾਇਆ। KP ਜੀ ਜਿਹੜੇ ਤੁਸੀਂ ਗੱਲ ਹੋਰ ਹੈਰਾਨ ਹੋਵੋਗੇ ਕਿ ਜਿਹੜੇ ਇਸ ਹੈਗੇ ਨੇ ਹੈਲਪ ਡੈਸਕ ਹੈਗੇ ਨੇ, ਜਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ, ਜਾਂ ਸੈਂਟਰ ਸਰਕਾਰ ਦੇ ਨੇ? ਪੰਜਾਬ ਸਰਕਾਰ ਦਾ ਤਾਂ ਕੋਈ ਹੈਲਪ ਡੈਸਕ ਹੀ ਹੈ ਨਹੀਂ। ਮੈਂ ਅਵੇਅਰਨੈਸ ਦੀ ਗੱਲ ਕਰਦਾ ਪਿਆ। ਨਹੀਂ ਅਵੇਅਰਨੈਸ ਦੇ, ਜ਼ਰੂਰ ਅਵੇਅਰਨੈਸ ਦੇ, ਉਸ 'ਤੇ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਜਿਹੜੀ ਆਮ ਪਿੰਡਾਂ ਦੇ ਲੋਕਾਂ ਨੂੰ ਜਿਹੜੀਆਂ ਇਹਦੇ 'ਚ ਮੁਸ਼ਕਲਾਂ ਆ ਰਹੀਆਂ ਨੇ, ਉਹ ਮੈਂ ਡਿਬੇਟ ਦੇ ਸਟਾਰਟਿੰਗ 'ਚ ਕਿਹਾ ਸੀ ਵੀ ਕਿਤੇ ਨਾ ਕਿਤੇ ਸਾਰਿਆਂ ਦੀ ਜ਼ਿੰਮੇਵਾਰੀ ਆ ਅਵੇਅਰਨੈਸ ਕ੍ਰੀਏਟ ਕਰਨ ਦੀ, ਜਿੱਥੇ ਸਾਰੇ ਹੀ ਥੋੜ੍ਹਾ ਥੋੜ੍ਹਾ ਲੈਕ ਕਰ ਰਹੇ ਨੇ। ਹਾਂਜੀ ਮਾਗਰ ਸਾਹਿਬ, KP ਜੀ ਤਿੰਨ ਪੁਆਇੰਟ ਕਹੂੰਗਾ ਜੀ। ਪਹਿਲੀ ਗੱਲ, ਉਹ ਹੈਲਪ ਡੈਸਕ ਸੈਂਟਰ ਗਵਰਨਮੈਂਟ ਦੇ ਇਸ ਕਰਕੇ ਹੈ, ਅਖਿਲੇਸ਼ ਸਾਹਿਬ ਸ਼ਾਇਦ ਭੁੱਲ ਗਏ, ਉਹ ਇਸ ਕਰਕੇ ਖੋਲ੍ਹੇ ਗਏ ਆ ਕਿਉਂਕਿ ਇਨੀਸ਼ੀਅਲ ਉਹਦੇ 'ਚ ਬਹੁਤ ਜ਼ਿਆਦਾ ਇਸ਼ੂਜ਼ ਆ ਰਹੇ ਸੀਗੇ, ਲੋਕਾਂ ਨੂੰ ਪਤਾ ਹੀ ਨਹੀਂ ਸੀਗਾ। ਠੀਕ ਹੈ ਜੀ, ਤਾਂ ਉਹ ਇਟ ਇਜ਼ ਜਸਟ ਆ ਇਨਫੋਰਮੇਸ਼ਨ ਕਾਓਸ ਜਿਹਦੇ 'ਚ ਜ਼ਿਆਦਾ ਹੈਲਪ ਨਹੀਂ ਹੋ ਰਹੀ। ਯੈਸ, ਜਿਹੜੇ SGPC ਦੇ ਹੈਗੇ ਆ, ਉਹ ਮੈਂ ਤੁਹਾਡੇ ਚੈਨਲ 'ਤੇ ਵੀ ਕਹਿ ਰਿਹਾ, ਜਿੱਥੇ ਉਹ ਕੰਮ ਕਰ ਰਹੇ ਆ ਬਹੁਤ ਇਫੈਕਟਿਵ ਕੰਮ ਕਰ ਰਹੇ, ਫ੍ਰੀ ਬੱਸ ਸਰਵਿਸ ਵੀ ਲੈ ਕੇ ਜਾ ਰਹੇ ਡੇਰਾ ਬਾਬਾ ਨਾਨਕ ਤੱਕ, ਇਹਦੀ ਮੈਨੂੰ ਵੀ ਇਨਫੋਰਮੇਸ਼ਨ ਹੈਗੀ ਆ। ਹੁਣ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਕੋਟ ਕਰੂੰਗਾ। ਆਲਰੇਡੀ ਸਾਡੇ ਇੱਕ ਮੈਂਬਰ ਪਾਰਲੀਮੈਂਟ ਨੇ ਪਾਰਲੀਮੈਂਟ ਦੇ ਵਿੱਚ ਇੱਕ ਇਸ਼ੂ ਉਠਾਇਆ ਫਤਿਹਗੜ੍ਹ ਸਾਹਿਬ ਨੂੰ ਲੈ ਕੇ, ਅਤੇ ਮੈਂ ਮਤਲਬ ਇਸੇ ਤੁਹਾਡੇ ਚੈਨਲ 'ਤੇ ਕਹਿ ਕੇ ਜਾ ਰਿਹਾ ਵੀ ਆਈ ਵਿਲ ਪਰਸਨਲੀ ਡਿਸਕਸ ਦਿਸ ਸੇਮ ਵਿਦ ਹਿਮ ਅਗੇਨ, ਕਿ ਉਹ ਆਪਣੇ ਦਰਬਾਰ ਸਾਹਿਬ ਕਰਤਾਰਪੁਰ ਲਾਂਘੇ ਨੂੰ ਲੈ ਕੇ ਵੀ ਆਪਾਂ ਇੱਕ ਇਹੋ ਜਿਹਾ ਕੋਰੀਡੋਰ ਜਿਹਨੂੰ ਰਿਲੀਜੀਅਸ ਟੂਰਿਜ਼ਮ ਕਹਿ ਸਕਦੇ, ਕਿਉਂਕਿ ਦਰਬਾਰ ਸਾਹਿਬ ਬਹੁਤ ਲੋਕ ਦਰਸ਼ਨ ਕਰਨ ਆਉਂਦੇ ਆ, ਅਤੇ ਉੱਥੇ ਕੋਈ ਨਾ ਕੋਈ ਵਿਦ ਇਨਵੋਲਵਮੈਂਟ ਫਰੋਮ ਗਵਰਨਮੈਂਟ ਆਫ ਪੰਜਾਬ ਐਂਡ ਆਫਕੋਰਸ SGPC ਅਲੋਂਗ ਵਿਦ, ਅਸੀਂ ਕੋਈ ਇੱਦਾਂ ਦਾ ਹਿੱਲਾ ਕਰੀਏ ਕਿ ਜਿਹੜੇ ਲੋਕ ਦਰਬਾਰ ਸਾਹਿਬ ਦੇ ਆਉਂਦੇ ਆ ਉਹਨਾਂ ਨੂੰ ਪਤਾ ਲੱਗੇ ਵੀ ਦਰਬਾਰ ਸਾਹਿਬ ਤਾਂ ਬਣਿਆ ਕਿਉਂਕਿ ਇੱਕ ਬੰਦਾ ਸੀਗਾ ਜਿਹਨੇ ਦੁਨੀਆ ਘੁੰਮੀ, ਸਰਬੱਤ ਦਾ ਭਲਾ ਮੰਨਿਆ, ਅਤੇ ਉਹਨੇ ਉਸ ਥਾਂ 'ਤੇ ਲਾ ਕੇ ਆਪਦਾ ਸਾਰਾ ਨਿਚੋੜ ਸਾਨੂੰ ਦਿੱਤਾ, ਅਤੇ ਤਾਂ ਦਰਬਾਰ ਸਾਹਿਬ ਬਣਿਆ। ਸਾਊਥ ਏਸ਼ੀਆ ਦੀ ਜੀਓ ਪੋਲੀਟੀਕਲ ਹੈ, ਜਿਹੜੀ ਜੀਓ ਪੋਲੀਟਿਕਸ ਹੈ, ਉਹਨ 'ਤੇ ਕੋਈ ਅਸਰ ਪੈਂਦਾ ਤੁਹਾਨੂੰ ਦਿਖਾਈ ਦਿੱਤਾ ਕਰਤਾਰਪੁਰ ਲਾਂਘੇ ਦੇ? ਦੇਖੋ, ਡੈਫੀਨਿਟਲੀ ਜਿਹੜਾ ਪੰਜਾਬ ਦੀ ਜੀਓ ਪੋਲੀਟੀਕਲ ਸਿਚੁਏਸ਼ਨ ਆ ਬੜੀ ਇੰਪੋਰਟੈਂਟ ਆ। ਦੇਖੋ ਭਾਈ, ਜਿਹੜਾ ਪਿੱਛੇ 4-5 ਮਹੀਨੇ ਪਹਿਲਾਂ ਜਿਹੜਾ ਚਾਈਨਾ ਦਾ ਇੰਡੀਆ ਦੇ ਵਿੱਚ ਐਂਬੈਸਡਰ ਸੀ, ਉਹ ਦਰਬਾਰ ਸਾਹਿਬ ਦੇ ਵਿੱਚ ਆਇਆ, ਨਤਮਸਤਕ ਹੋਇਆ, ਉਹਦਾ ਬਿਲੀਫ ਤਾਂ ਹੈ ਨਹੀਂ ਉਸ 'ਤੇ, ਉੱਥੇ ਸਿੱਖ ਵੀ ਬਹੁਤੇ ਨਹੀਂ ਰਹਿੰਦੇ ਉਸ ਮੁਲਕ ਦੇ ਵਿੱਚ, ਉਹ ਕਿਉਂ ਆਇਆ? ਦੇਰ ਇਜ਼ ਸਮ ਪੋਲੀਟੀਕਲ ਇੰਟਰਸਟ ਇਨ ਦਿਸ ਕਾਇੰਡ ਆਫ ਏ ਜੋਗ੍ਰਾਫੀ ਜਿਹਦੇ ਕਰਕੇ ਆਇਆ, ਔਰ ਲੋਕਾਂ ਦੀ ਵੀ ਉਹ ਕੁਛ ਚੀਜ਼ ਅੰਡਰਸਟੈਂਡ ਕਰ ਰਿਹਾ ਜਾਂ ਮੈਸੇਜ ਦੇ ਰਿਹਾ। ਤੋ ਦੂਸਰੀ ਵੱਡੀ ਗੱਲ ਆ, ਇਹਨਾਂ ਨੇ ਕਿਹਾ ਵੀ ਪਾਕਿਸਤਾਨ ਹਿੰਡਰੈਂਸ ਕ੍ਰੀਏਟ ਕਰ ਰਿਹਾ ਉੱਥੇ, ਜੋ ਉੱਥੇ ਜਾਣ ਲਈ ਕਰਤਾਰਪੁਰ ਸਾਹਿਬ। ਮੈਂ ਸਮਝਦਾ ਪਾਕਿਸਤਾਨ ਨੂੰ ਹਿੰਡਰੈਂਸ ਕਿਉਂ ਕਰਨੀ ਚਾਹੀਦੀ ਆ? ਉਹਨਾਂ ਦਾ ਨੁਕਸਾਨ ਆ ਪਾਕਿਸਤਾਨ ਦਾ, ਜਿੰਨੇ ਵੱਧ ਤੋਂ ਵੱਧ ਉੱਥੇ ਜਾਣਗੇ ਲੋਕ ਉਹਨਾਂ ਨੂੰ ਤਾਂ ਫਾਇਦਾ ਉਸ ਗੱਲ ਦਾ, ਰਿਲੀਜੀਅਸ ਟੂਰਿਜ਼ਮ ਦਾ, ਉਹ ਤਾਂ ਡਿਮਾਂਡ ਕਰਦੇ ਪਏ। ਦਿਸ ਇਜ਼ ਵਟ ਆਈ ਐਮ ਸੇਇੰਗ, ਇਹ ਇਹਨਾਂ ਦੀ ਜਿਹੜੀ ਆਰਗੂਮੈਂਟ ਆ, ਆਈ ਥਿੰਕ ਦੇਰ ਇਜ਼ ਏ ਫਲੋ ਇਨ ਹਿਜ਼ ਆਰਗੂਮੈਂਟ। ਅਤੇ ਉਹ ਤਾਂ ਉਹ ਇਨਕਰੇਜ ਕਰਨਗੇ ਵੀ ਵੱਧ ਲੋਕ ਆਉਣ, 10,000 ਬੰਦਾ ਆਵੇ, 10,000 ਬੰਦਾ ਉੱਥੇ ਰੋਟੀ ਖਾਊ, ਚਾਹ ਪੀਊ, ਜੋ ਮਰਜ਼ੀ ਮਾੜਾ ਮੋਟਾ ਖਰੀਦੋ ਫਰੋਖਤ ਵੀ ਕਰੂਗਾ। ਮੇਰਾ ਨਹੀਂ ਖਿਆਲ ਪਾਕਿਸਤਾਨ ਦੀ ਇਹ ਇੰਟੈਂਸ਼ਨ ਹੋਵੇ, ਰਾਦਰ ਇਟ ਸ਼ੁੱਡ ਬੀ ਅਦਰ ਵੇ ਰਾਊਂਡ, ਕਿ ਪਾਕਿਸਤਾਨ 'ਚ ਆਏਗਾ ਵੱਧ ਤੋਂ ਵੱਧ ਲੋਕ ਉੱਥੇ ਜਾਣ, ਨਤਮਸਤਕ ਹੋਣ, ਉੱਥੇ ਜਿੰਨਾ ਵੱਧ ਤੋਂ ਵੱਧ ਟਾਈਮ ਸਪੈਂਡ ਕਰ ਸਕਦੇ ਉਹ ਕਰਨ। ਪਰ ਇਹ ਇੱਥੇ ਦੇ ਜਿਹੜੇ ਇੱਧਰਲੀ ਆ ਸਰਕਾਰ ਆ, ਉਹਨਾਂ ਨੂੰ ਇੱਕ ਬਹੁਤ ਵਧੀਆ ਇਨਫਰਾਸਟਰਕਚਰ ਪ੍ਰੋਵਾਈਡ ਕਰਨਾ ਹੋਵੇਗਾ, ਜਿਹੜੇ ਲੋਕ ਉੱਥੇ ਜਾਂਦੇ ਆ ਇੰਨੀ ਦੂਰੋਂ, ਜਿਵੇਂ ਦਿੱਲੀਓਂ ਆਏ, ਜਿਸ ਤਰ੍ਹਾਂ ਚੰਡੀਗੜ੍ਹੋਂ ਲੋਕ ਆਏ, ਉਹਨਾਂ ਲਈ ਹਰ ਕਿਸਮ ਦੀ, ਹੁਣ ਦੇਖਿਆ ਮੈਂ ਉੱਥੇ ਜਦੋਂ ਗਿਆ
ਦਾ ਬਿਲਬੋਰਡ ਲੱਗੇ ਹੋਏ ਸੀ ਰਾਈਟ ਫਰੋਮ ਚੰਡੀਗੜ੍ਹ ਡਾਊਨ ਅਪ ਟੂ ਦੈਟ ਪਲੇਸ ਡੇਰਾ ਬਾਬਾ ਆਪਣਾ ਕੀ ਡੇਰਾ ਬਾਬਾ ਨਾਨਕ ਤੱਕ ਕੋਈ ਦਰਖਤ ਕੋਈ ਪੋਲ ਐਸਾ ਛੱਡਿਆ ਨਹੀਂ ਸੀ ਜਿਹਦੇ 'ਚ ਅਮਰਿੰਦਰ ਸਿੰਘ ਦੀ ਫੋਟੋ ਨਾ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਨਾ ਹੋਵੇ ਮੈਂ ਸਮਝਦਾ ਕਰੋੜਾਂ ਰੁਪਈਆ ਦੋਨਾਂ ਨੇ ਖਰਚ ਕੀਤਾ ਉਸ ਗੱਲ ਲਈ ਵਿਚ ਇਜ਼ ਨੋਟ ਪ੍ਰੋਡਕਟਿਵ ਵਿਚ ਇਜ਼ ਨੋਟ ਯੂਜ਼ਫੁਲ ਮੈਸੇਜ ਦੇਣਾ ਸੀ ਗੁਰੂ ਨਾਨਕ ਦਾ ਫੋਟੋਆਂ ਇਹਨਾਂ ਦੋਨਾਂ ਨੇ ਆਪਣੀਆਂ ਖਿਚਾ ਲਈਆਂ ਭਾਵੇਂ ਇਹਨਾਂ ਨੂੰ ਦੋਨਾਂ ਨੂੰ ਬੁਰਾ ਲੱਗੇਗਾ ਪਰ ਦੈਟ ਇਜ਼ ਅ ਫੈਕਟ ਵਿਚ ਯੂ ਕੈਨ ਵੈਰੀਫਾਈ ਫਰੋਮ ਐਨੀ ਪਰਸਨ ਹੂ ਵਿਜ਼ਿਟਡ ਸਰ ਮੈਂ ਆਪ ਦੇਖ ਕੇ ਆਇਆ ਜੀ ਉੱਥੇ ਆਪ ਦੇਖ ਕੇ ਆਇਆ ਉੱਥੇ ਫੋਟੋ ਇਹਨਾਂ ਦੇ ਲੱਗੇ ਇਹਨਾਂ ਦੀਆਂ ਫੋਟੋ ਸੀ ਚਲੋ ਮਤਲਬ ਐ ਲੱਗ ਰਿਹਾ ਸੀ ਜਿਵੇਂ ਇਹਨਾਂ ਦਾ ਹੀ ਕੋਈ ਮੈਸੇਜ ਜਾ ਰਿਹਾ ਮੈਸੇਜ ਜਾਣਾ ਚਾਹੀਦਾ ਸੀ ਗੁਰੂ ਨਾਨਕ ਮਹਾਰਾਜ ਦਾ ਅਵੇਅਰਨੈਸ ਲਈ ਹੁਣ ਤੁਹਾਨੂੰ ਕੰਮ ਕਰਨਾ ਪਊਗਾ ਮੈਂ ਕਿਪੀ ਜੀ ਫਟਾਫਟ ਪਲੀਜ਼ ਫਟਾਫਟ ਮੈਂ ਨਾ ਜੀ ਆਈ ਐਮ ਨੋਟ ਡਿਫੈਂਡਿੰਗ ਕਲੇਅਰ ਸਾਹਿਬ ਬਟ ਮੈਂ ਢਿੱਲੋਂ ਸਾਹਿਬ ਨੂੰ ਇੱਕ ਗੱਲ ਕਰਨਾ ਚਾਹੁੰਦਾ ਦੱਸਣਾ ਚਾਹੁੰਦਾ ਇਹਨਾਂ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਨੋਟ ਦੱਸਣਾ ਚਾਹੁੰਦਾ ਸ਼ੇਅਰ ਕਰਨਾ ਚਾਹੁੰਦਾ ਇਹ ਉਹੀ ਪਾਕਿਸਤਾਨ ਹੈ ਜੀ ਜਿਹੜਾ ਸਾਡੀ ਸੈਂਟੀਮੈਂਟਸ ਨੂੰ ਵੀ ਖੇਲ ਰਿਹਾ ਸੀਗਾ ਜਿਹਨੇ ਇੱਕ ਏਅਰਫੋਰਸ ਦਾ ਪਤਾ ਨਹੀਂ ਕਿਹੜਾ ਬੰਬ ਸੀਗਾ ਨਹੀਂ ਹੋ ਸੀਗਾ ਔਰ ਉੱਥੇ ਲਿਖ ਕੇ ਲਾਇਆ ਸੀਗਾ ਵੀ ਇੰਡੀਅਨ ਏਅਰਫੋਰਸ ਨੇ ਆਹ ਬੰਬ ਕਰਤਾਰਪੁਰ ਸਾਹਿਬ ਗੁਰਦੁਆਰਾ ਢਾਉਣ ਨੂੰ ਸਿੱਟਿਆ ਸੀਗਾ ਪਲੀਜ਼ ਬੀ ਰਿਮਾਈਂਡਡ ਉਹਨਾਂ ਦੀ ਕੋਈ ਇੰਨੀ ਚੰਗੀ ਇੰਟੈਂਸ਼ਨ ਨਹੀਂ ਹੈਗੀ ਜੇ ਆਪਾਂ ਕਹੀਏ ਦੇ ਆਰ ਟਰਾਇੰਗ ਟੂ ਫਾਈਂਡ ਅ ਵੇ ਆਊਟ ਚੰਗੀ ਇੰਟੈਂਸ਼ਨ ਕਿੰਦੀ ਹੈਗੀ ਹੈ ਚੰਗੀ ਇੰਟੈਂਸ਼ਨ ਤੁਸੀਂ ਗੱਲ ਫਿਰ ਉਹੀ ਗੱਲ ਗੱਲ ਤਾਂ ਆਪੇ ਕਲੀਅਰ ਕਰਤੀ ਨਾ ਨਹੀਂ 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 ਚੰਗੀ ਇੰਟੈਂਸ਼ਨ ਸੀ ਵੀ ਹੈਵ ਟੂ ਜਦੋਂ ਅਸੀਂ ਇਹ ਗੱਲ ਕਰਦੇ ਪਏ ਆ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਪਾਸੇ ਰੱਖ ਕੇ ਗੱਲ ਨਹੀਂ ਕਰ ਸਕਦੇ ਐਜ਼ ਅ ਸਿਟੀਜ਼ਨ ਆਫ ਦਿਸ ਅਸੀਂ ਜੰਗ ਦੇ ਹਮਾਇਤੀ ਨਹੀਂ ਹੈਗੇ ਅਸੀਂ ਦਹਿਸ਼ਤਗਰਦੀ ਦੇ ਹਮਾਇਤੀ ਨਹੀਂ ਹੈਗੇ ਸਾਨੂੰ ਚਾਹੀਦਾ ਅਸੀਂ ਨਫ਼ਰਤ ਦੇ ਹਮਾਇਤੀ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਜੀ ਫਿਰ ਅਸੀਂ ਉਹਨਾਂ ਨੂੰ ਇਹੀ ਤੁਹਾਡੇ ਚੈਨਲ ਦੇ ਥਰੂ ਜੇ ਪਾਕਿਸਤਾਨ ਦਾ ਕੋਈ ਨੁਮਾਇੰਦਾ ਦੇਖਦਾ ਹੋਊਗਾ ਮੈਂ ਇਹ ਕਹਿਣਾ ਚਾਹੁੰਦਾ ਵੀ ਇਹੋ ਜਿਹੀਆਂ ਹਰਕਤਾਂ ਨਹੀਂ ਕਰੀ ਦੀਆਂ ਅਸੀਂ ਉੱਥੇ ਪੀਸ ਦਾ ਮੈਸੇਜ ਲੈ ਕੇ ਗਏ ਸੀਗੇ ਯੂ ਡੋਂਟ ਇਹ ਤਾਂ ਦੋਨੋਂ ਪਾਸੇ ਇਹੋ ਜਿਹੀਆਂ ਫੋਰਸਸ ਬੈਠੀਆਂ ਹੈਗੀਆਂ ਜਿਹੜੀਆਂ ਲਾਂਘੇ ਨੂੰ ਸਬੋਟਾਜ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਅਸੀਂ ਤਾਂ ਫਿਰ ਉਸ ਏਜੰਡੇ ਨੂੰ ਪੁੱਠੇ ਪਾ ਰਹੇ ਹਾਂ ਮੈਨੂੰ ਲੱਗਦਾ ਨੋ ਨੋ ਵੀ ਆਰ ਨੋਟ ਵੀ ਆਰ ਨੋਟ ਮੈਂ ਕਿਪੀ ਗੱਲ ਕਰ ਪਹਿਲੀ ਗੱਲ ਤਾਂ ਡਾਕਟਰ ਢਿੱਲੋਂ ਦੀ ਮੈਂ ਗੱਲ ਨਾਲ ਬਿਲਕੁਲ ਹੀ ਸਹਿਮਤ ਨਹੀਂ ਜਿਹੜੀ ਇਹ ਗੱਲ ਕਹਿੰਦੇ ਕਿ ਪਾਕਿਸਤਾਨ ਨੂੰ ਇਹ ਵੈਲਕਮ ਕਰ ਰਹੇ ਸ਼ਰਤਾਂ ਹੀ ਪਾਕਿਸਤਾਨ ਦੀਆਂ ਨੇ ਤੁਸੀਂ ਜਾਣਾ ਹੀ ਅਗਰ ਦਰਵਾਜ਼ਾ ਪਾਕਿਸਤਾਨ ਖੋਲੂ ਤਾਂ ਹੀ ਤੁਸੀਂ ਅੰਦਰ ਵੜੋਗੇ ਸੋ ਤੁਸੀਂ ਪਹਿਲਾਂ ਤਾਂ ਇਹ ਗੱਲ ਮੈਂ ਕਲੈਰੀਫਾਈ ਕਰਦਾ ਕਿ ਜਿੰਨੀਆਂ ਸ਼ਰਤਾਂ ਨੇ ਪਾਸਪੋਰਟ ਤੋਂ ਲੈ ਕੇ ਵੀਜ਼ਾ ਫੀਸ ਤੱਕ ਸਾਰੀਆਂ ਪਾਕਿਸਤਾਨ ਨੇ ਹੀ ਸ਼ਰਤਾਂ ਲਗਾਈਆਂ ਨੇ ਕਿ ਤੁਸੀਂ ਸਾਡੇ ਮੁਲਕ ਆਉਣਾ ਤਾਂ ਆਹ ਸ਼ਰਤਾਂ ਕਰਨੀਆਂ ਪੂਰੀਆਂ ਪੈਣਗੀਆਂ ਔਰ ਦੂਜੀ ਗੱਲ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਪਾਕਿਸਤਾਨ ਇੰਨਾ ਵੀ ਕੋਈ ਬਹੁਤ ਜ਼ਿਆਦਾ ਦੁੱਧ ਦਾ ਧੋਤਾ ਨਹੀਂ ਹੈਗਾ ਪਰ ਅਸੀਂ ਉਹ ਚੀਜ਼ਾਂ ਇਸ ਚੀਜ਼ ਲਈ ਤਾਂ ਨਹੀਂ ਦੇਖਦੇ ਕਿਉਂਕਿ ਇਹ ਬਹੁਤ ਲਾਰਜਰ ਇਸ਼ੂ ਹੈ ਕਰਤਾਰਪੁਰ ਕੋਰੀਡੋਰ ਰਿਲੀਜੀਅਸ ਸੈਂਟੀਮੈਂਟ ਜੁੜੇ ਹੋਏ ਨੇ ਪਰ ਇਹਦੇ ਨਾਲ ਪਾਕਿਸਤਾਨ ਨੂੰ ਕੋਈ ਉਰੇ ਕਲੀਨ ਚੀਟ ਨਹੀਂ ਦੇਖੋ ਮੈਂ ਇਹ ਸਮਝਦਾ ਕਿ ਜਿਹੜੀ ਪਾਸਪੋਰਟ ਵਾਲੀ ਜਿਹੜੀ ਕੰਡੀਸ਼ਨ ਹੈ ਉਹ ਪਾਕਿਸਤਾਨ ਚਾਹੁੰਦਾ ਵਿਵਫ ਹੋ ਜਾਏ ਤਾਂ ਕਿ ਉਹਨਾਂ ਨੇ ਵੀ ਹਵਾ 'ਚ ਬਿਆਨ ਦਿੱਤੇ ਸੀ ਉਸ ਤੋਂ ਬਾਅਦ ਕੋਈ ਗੱਲ ਹੀ ਨਹੀਂ ਹੋਈ ਨਹੀਂ ਜੇ ਉਹ ਜਿਹੜੀ ਉਸ 'ਤੇ ਗਵਰਨਮੈਂਟ ਆਫ ਇੰਡੀਆ ਨੇ ਜ਼ਿਆਦਾ ਇਨਸਿਸਟ ਕੀਤਾ ਕਿ ਪਾਸਪੋਰਟ ਚਾਹੀਦਾ ਹੈ ਮੇਰਾ ਇਹ ਮੰਨਣਾ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਵੀਜ਼ਾ ਫੀਸ ਕਰ ਸੋਰੀ ਜਿਹੜੀ ਉਹ ਫੀਸ ਹੈ ਉਹਦੇ 'ਤੇ ਜ਼ਰੂਰ ਉਹਨਾਂ ਨੇ ਇਨਸਿਸਟ ਕੀਤਾ ਕਿ ਅਸੀਂ ਉਹਨਾਂ ਨੇ ਇਮਰਾਨ ਖਾਨ ਨੇ ਕਿਹਾ ਸੀਗਾ ਸਿਰਫ ਸਿੱਖ ਸੰਗਤ ਨੂੰ ਸਿੱਖ ਸੰਗਤ ਔਰ ਆਰਮੀ ਚੀਫ ਨੇ ਮੁੜ ਕੇ ਉਹ ਕੰਟੈਕਟ ਕੀਤਾ ਸੀ ਕਿ ਪਾਸਪੋਰਟ ਜ਼ਰੂਰੀ ਹੈ ਸੋ ਪਲੀਜ਼ ਡੋਨਟ ਮਿਸਗਾਈਡ ਦੀ ਆਡੀਅנס ਉਹਨਾਂ ਨੇ ਉਹਨੇ ਸਿਰਫ ਸਿੱਖ ਸੰਗਤ ਉਹਨੇ ਕੈਟਾਗਰੀ ਲਿਖਿਆ ਸੀਗਾ ਸਿੱਖ ਸੰਗਤ ਹਾਂ ਪਾਸਪੋਰਟ ਦੀ ਗੱਲ ਅਸੀਂ ਕਰ ਰਹੇ ਹਾਂ ਆਰਮੀ ਚੀਫ ਨੇ ਕਲੀਅਰ ਕਰਤਾ ਸੀ ਮੀਡੀਆ ਕਿ ਪਾਸਪੋਰਟ ਜ਼ਰੂਰੀ ਹੈ ਹੁਣ ਇਹ ਤੁਸੀਂ ਕਹਿੰਦੇ ਹੋ ਕਿ ਇੰਡੀਅਨ ਗਵਰਨਮੈਂਟ ਸ਼ਰਤ ਨਹੀਂ ਜੋ ਆਰਮੀ ਚੀਫ ਨੇ ਇਹ ਬਿਆਨ ਦੇ ਰਿਹਾ ਮੈਂ ਕੋ ਵਕਤ ਨਹੀਂ ਵਕਤ ਨਹੀਂ ਇਮਰਾਨ ਖਾਨ ਨੇ ਵੀ ਇਹ ਕਿਹਾ ਸੀਗਾ ਸਿਰਫ ਸਿੱਖ ਸੰਗਤ ਨੂੰ ਤੁਹਾਡਾ ਬਹੁਤ ਧੰਨਵਾਦ ਕਲੀਅਰ ਸਰ ਤੁਹਾਡਾ ਬਹੁਤ ਅਮਰਿੰਦਰ ਸਿੰਘ ਤੁਹਾਡਾ ਬਹੁਤ ਡਾਕਟਰ ਰਿਲੋ ਤੁਹਾਡਾ ਬਹੁਤ ਧੰਨਵਾਦ ਦਰਸ਼ਕੋ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਜਿਹੜੀ ਆਸਥਾ ਦੀ ਗੱਲ ਕਰਨ ਵਾਲੇ ਉਹ ਕਿਹੜੀ ਗੱਲ ਕਹਿਣਾ ਚਾਹੁੰਦੇ ਆ ਤੇ ਜਿਹੜੀ ਸਿਆਸਤ ਕਰਨ ਵਾਲੇ ਉਹ ਕਿਹੜੀ ਗੱਲ ਕਹਿਣਾ ਚਾਹੁੰਦੇ ਆ ਉਸ ਤੋਂ ਬਾਅਦ ਵੀ ਇਹ ਸਵਾਲ ਇਸ ਕਰਕੇ ਬਾਕੀ ਰਹਿ ਜਾਂਦਾ ਕਰਤਾਰਪੁਰ ਲਾਂਘੇ 100 ਦਿਨ ਕੌਣ ਕਿੰਨਾ ਤੁਰਿਆ ਇਸ ਸਵਾਲ ਦਾ ਜਵਾਬ ਤੁਹਾਨੂੰ ਇਸ ਡਿਬੇਟ ਵਿੱਚ ਮਿਲ ਗਿਆ ਹੈਗਾ ਪਰ ਜਦੋਂ ਇਸ ਦੇ ਹੋਰ ਦਿਨ ਆਉਣਗੇ ਚਾਹੇ ਕੋਈ ਗੁਰਪੁਰਬ ਆਵੇਗਾ ਚਾਹੇ ਕੋਈ ਹੋਰ ਧਾਰਮਿਕ ਮਹੱਤਤਾ ਵਾਲਾ ਕੋਈ ਦਿਨ ਆਵੇਗਾ ਉਸ ਦਿਨ ਵੀ ਇਸ ਦੀ ਚਰਚਾ ਕਰਨੀ ਬਣਦੀ ਹੈ ਕਿਉਂਕਿ ਕਰਤਾਰਪੁਰ ਲਾਂਘੇ ਨੂੰ ਤੁਸੀਂ ਆਈਸੋਲੇਟ ਕਰਕੇ ਨਹੀਂ ਦੇਖ ਸਕਦੇ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹੋ ਕਿ ਆਸਥਾ ਦੇ ਨਾਲ ਨਾਲ ਪੰਜਾਬ ਇੱਧਰਲੇ ਪੰਜਾਬ ਅਤੇ ਉੱਧਰਲੇ ਪੰਜਾਬ ਦੀ ਆਰਥਿਕਤਾ ਵੀ ਜੁੜੀ ਹੋਈ ਹੈ ਇਸ ਲਾਂਘੇ ਨਾਲ ਜਿਹੜੇ ਹੋਰ ਸਾਡੇ ਲਾਂਘੇ ਹੈਗੇ ਆ ਉਹ ਵੀ ਖੁੱਲ੍ਹਣੇ ਚਾਹੀਦੇ ਆ ਆਪਸ ਵਿੱਚ ਸਾਂਝ ਵਧਣੀ ਚਾਹੀਦੀ ਹੈ ਜੇ ਬਾਹਰਲੇ ਮੁਲਕ ਇਸ ਲਾਂਘੇ ਦੀ ਤਾਰੀਫ ਕਰਦੇ ਪਏ ਹੈਗੇ ਆ ਤਾਂ ਸਾਡੇ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਇਸ ਬਾਰੇ ਸੁਹਿਰਦਤਾ ਨਾਲ ਹੋਰ ਸੋਚਣਾ ਪਵੇਗਾ ਕਿ ਕਿਸ ਤਰੀਕੇ ਨਾਲ ਸੰਗਤ ਨੂੰ ਉੱਧਰ ਲਿਜਾਇਆ ਜਾਵੇ ਸੰਗਤ ਦੀ ਜਿਹੜੀ ਆ ਗਿਣਤੀ ਵਧਾਈ ਜਾਵੇ ਇਸ ਦੇ ਨਾਲ ਇਹ ਵੀ ਸੋਚਣਾ ਪਵੇਗਾ ਕਿ ਸਿਰਫ ਬਿਆਨਬਾਜ਼ੀਆਂ ਨਾਲ ਨਹੀਂ ਸਰਨਾ ਗਰਾਊਂਡ 'ਤੇ ਵੀ ਕੰਮ ਕਰਨਾ ਪਵੇਗਾ ਜਿਹੜੀਆਂ ਮੁਸ਼ਕਲਾਂ ਸੰਗਤ ਨੂੰ ਆ ਰਹੀਆਂ ਉਹਨੂੰ ਐਡਰੈਸ ਕਰਨਾ ਪਵੇਗਾ ਐਡਰੈਸ ਸੰਗਤ ਨੂੰ ਨਹੀਂ ਕੀਤਾ ਜਾ ਰਿਹਾ ਕੁਝ ਸਾਡੇ ਕੋਲ ਬਿਆਨ ਇਹੋ ਜਿਹੇ ਵੀ ਆਏ ਸੀ ਕਿ ਕੁਝ ਸੰਗਤ ਜਿਹੜੀ ਦਿੱਲੀ ਜਾਂ ਕਈ ਹੋਰ ਥਾਵਾਂ ਤੋਂ ਸਿੱਧੇ ਉੱਥੇ ਪਹੁੰਚ ਗਈ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਇਕੱਲੇ ਪਾਸਪੋਰਟ
जे अवेयरनैस उन्हां तक पहुँचती होंगी तो शायद उन्होंने ये दिक्कतों का सामना ना करना पैंदा। बहुत सारे यहोजे सवाल है कि है वो होर किस दिन फिर जरूर पूछूंगा, पर एक सवाल होर है जिहड़ा वो बाकी रहिंदा हैगा, इंफ्रास्ट्रक्चर इत्थे किन्ने फेस विच काम होया ते किन्ना बाकी हैगा उसकी चर्चा अज असीं नहीं कर सके। उधर किन्ना काम रह गया हैगा जां होर उन्होंने किन्ना काम करना हैगा उसकी चर्चा भी किसी होर पड़ाव विच होवेगी। फिलहाल करतारपुर लांघा 100 दिन पूरे होया, तुहानू मुबारक, बहुत धन्यवाद।